ਆਹੀ ਉਹ ਮਹੀਨਾ ਹੈ ਜਦੋਂ 1999 ਦੇ ਵਿੱਚ ਕਾਰਗਿਲ ਦੀ ਜੰਗ ਚੱਲ ਰਹੀ ਸੀ ਐਂਡ ਜਿਸ ਕਾਰਗਿਲ ਦੇ ਤੁਸੀਂ ਹੀਰੋ ਹੋ ਇਹ ਲੜਾਈ ਇਸ ਕਰਕੇ ਵੀ ਲੱਗ ਸੀ ਕਿਉਂਕਿ ਜੋ ਸਾਰੇ ਘਰ-ਘਰ ਚੇ ਲੜਾਈ ਰੈਂਗ ਰੂਮ 'ਚ ਵੇਖੀ ਜਾ ਰਹੀ ਸੀ ਬਿਕੋਜ਼ ਆਫ ਮੀਡੀਆ ਇਹ ਲੜਾਈ ਇਸ ਕਰਕੇ ਵੀ ਲੱਗ ਸੀ ਕਿ ਇੱਕ ਹੀ ਸੈਕਟਰ 'ਚ ਜਿਹੜੀ ਗਈ ਇਹ ਲੜਾਈ ਇਸ ਕਰਕੇ ਵੀ ਲੱਗ ਸੀ ਕਿ ਪਹਿਲੀ ਲੜਾਈ ਸੀ ਜਦੋਂ ਕਿ ਹਰ ਇੱਕ ਬੋਡੀ ਸਤਕਾਰ ਦੇ ਨਾਲ ਤਰੰਕੇ 'ਚ ਲਪੇਟ ਕੇ ਉਹਨਾਂ ਦੇ ਘਰ ਤੱਕ ਪਹੁੰਚਾਈ ਗਈ ਕਿ ਰਟਲ ਵਿਹਰੀ ਬਾਜਪਾਈ ਜੀ ਨੇ ਹਰਿਆਣਾ ਦੀ ਪਬਲਿਕ ਮੀਟਿੰਗ ਤੇ ਅਨਾਉਂਸ ਕਰ ਦਿੱਤਾ ਹੈ ਕਿ ਹਾਂ ਮਨੇ ਟਾਈਗਰ ਹਿੱਲ ਪਰ ਕਬਜ਼ਾ ਕਰ ਲਿਆ ਇੱਕ ਬਹੁਤ ਹੀ ਐਮ ਸੀ ਆਬਜੈਕਟਿਵ ਜਿਹੜਾ ਕਿ ਨਿਵਾਸ ਸ਼ੀਫ ਨੂੰ ਪਤਾ ਲੱਗਾ ਕਿ ਉਹਨਾਂ ਅਫਸਰ ਨੂੰ ਕਿਹਾ ਕਿ ਕਿਵੇਂ ਹੋ ਗਿਆ ਕਿਸੇ ਵੀ ਹਾਲ ਚ ਇਹਨੂੰ ਵਾਪਸ ਲਾਓ ਇਸ ਕਬਜ਼ੇ ਤੋਂ ਬਾਅਦ ਜੋ ਲੜਾਈ ਸ਼ੁਰੂ ਹੋਈ ਪਹਿਲੇ ਦਿਨ ਪੰਜ ਨੂੰ ਅਟੈਕ ਨਹੀਂ ਆਇਆ 6 ਨੂੰ ਸਵੇਰੇ ਬਹੁਤ ਹੀ ਸਖਤ ਅਟੈਕ 4875 ਨਾਲ ਦੇ ਫਿਚਰ ਤੋਂ ਆਇਆ ਉਨਾ ਕਹ ਜੀ ਸਰ ਜਵਾਨ ਇੱਕ ਲੜਕਾ ਹੈਗਾ ਟਰੈਕਸੂਟ ਚ ਇਹ ਜਾ ਕੇ ਦੁਬਾਰਾ ਤਿੰਨ ਵਾਰੀ ਦੋ ਵਾਰੀ ਅਟੈਕ ਕਰੇ ਇਹਨਾਂ ਨੂੰ ਪਿੱਛੇ ਕਰਦਾ ਪਰ ਦੁਬਾਰਾ ਇਹਨਾਂ ਨੂੰ ਮੋਟੀਵੇਟ ਕਰਕੇ ਲੈ ਆਉਂਦਾ ਅੱਗੇ ਚੀਜ਼ ਦਾ ਜ਼ਿਕਰ ਯੂਐਨਓ ਦੇ ਵਿੱਚ ਵੀ ਹੋਇਆ ਸੀ ਕਿ ਵੀ ਇਹ ਇੱਕ ਐਸੀ ਉਦਾਹਰਣ ਪੇਸ਼ ਕਰ ਦਿੱਤੀ ਗਈ ਕਿ ਆਪਣਾ ਜਿਹੜਾ ਦੁਸ਼ਮਣ ਹੈ ਉਹਦੀ ਬਹਾਦਰੀ ਨੂੰ ਰੈਕਗਨਾਈਜ਼ ਕੀਤਾ ਤੁਸੀਂ ਕਿ ਯਾਰ ਕਮਾਲ ਦਾ ਬੰਦਾ ਸੀ ਡੈਗਨਹਲ ਖਫਤੇ ਕਰਨ ਤੋਂ ਬਾਅਦ ਔਰ ਇੱਕ ਬੋਡੀ ਲਈ ਮੈਂ ਕਿਹਾ ਕਿ ਉਹ ਲੜ ਜਵਾਨ ਜਿਹੜਾ ਲੜਕਾ ਟਰੈਕਸੂਟਸ ਇਹ ਜ਼ੂਰ ਅਫਸਰ ਹੋਏਗਾ ਮੈਂ ਇਹਦੀ ਬੋਡੀ نیچے ਮਗਾਉਣਾ ਚਾਹੁੰਦਾ ਉਹਨਾਂ ਦੀ ਜੇਬਾਂ ਚ ਜੋ ਜਿਹੜਾ ਲੈਟਰਸ ਕੱਢੇ ਗਏ ਉਹਨਾਂ ਚ ਲਿਖਿਆ ਪਿਆ ਸੀ ਕਿ ਕੈਪਟਨ ਕਰਨਲ ਸ਼ੇਰਖਾਨ 12 ਐਨਐਲਆਈ ਮੈਂ ਅਚਾਨਕ ਪੈਨ ਕੱਢਿਆ ਪੇਪਰ ਕੱਢਿਆ ਔਰ ਉਹਦੇ ਤੇ ਲਿਖਿਆ ਕੈਪਟਨ ਕਰਨਲ ਸ਼ੇਰਖਾਨ ਆਫ 12 ਐਨਐਲਆਈ ਹੈਜ਼ ਫੌਟ ਵੈਰੀ ਬਰੇਵਲੀ ਐਂਡ ਹੀ ਮਸਟ ਬੀ 기ਵਨ ਹਿਸ ਡਿਊ ਰੈਕਗਨਿਸ਼ਨ ਇਹਨਾਂ ਲਿਖ ਕੇ ਮੈਂ ਉਹਦੀ ਜੇਬ ਚ ਪਾ ਦਿੱਤਾ ਇੱਕ ਹੀ ਪੈਟਰਲ ਚ ਇੱਕ ਹੀ ਕਮਾਂਡਰ ਨਾਲ ਮੇਰੇ ਜਵਾਨ ਨਾਲ ਜਿਹੜਾ ਕਿ ਟੈਗਰ ਹਿੱਲ ਦੇ ਉੱਤੇ ਕਬਜ਼ਾ ਉੱਤੇ ਕੀਤਾ ਸੀ ਪਰਮਵੀਰ ਚੱਕਰ ਗ੍ਰੇਡਯੂ ਯੋਗਿੰਦਰ ਯਾਦਵ ਨੂੰ ਗਿਆ ਔਰ ਮੇਰੀ ਰეკਮੈਂਡੇਸ਼ਨ ਨਾਲ ਦੂਸਰੇ ਪਾਸੇ ਮੇਰੇ ਹੀ ਦੁਸ਼ਮਣ ਨੂੰ ਪਾਕਿਸਤਾਨ ਦੇ ਕੈਪਟਨ ਕਨਾਲ ਸ਼ੇਰਖਾਨ ਨੂੰ ਨਿਸ਼ਾਨੇ ਹੇਠ ਮਿਲਿਆ ਸਵਾਗਤ ਜੀ ਆਪ ਸਭ ਦਾ ਪ੍ਰਾਈਮੇਸ਼ੀਆ ਟੀਵੀਜ਼ਨ ਦੇ ਉੱਪਰ ਮੈਂ ਗੁਰਪ੍ਰੀਤ ਸੰਧਵਾਲੀਆ ਇਸ ਖਾਸ ਪ੍ਰੋਗਰਾਮ ਦੇ ਵਿੱਚ ਅੱਜ ਤੁਹਾਡੀ ਇੱਕ ਐਸੀ ਸ਼ਖਸੀਅਤ ਦੇ ਨਾਲ ਮੁਲਾਕਾਤ ਕਰਵਾਵਾਂਗਾ ਕਿ ਉਹਨਾਂ ਦੀ ਕਹਾਣੀ ਉਹਨਾਂ ਦੇ ਕਾਰਨਾਮੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਆਮ ਤੌਰ ਤੇ ਅਸੀਂ ਫਿਲਮੀ ਦੁਨੀਆ ਦੇ ਵਿੱਚ ਰਹਿੰਨੇ ਆ ਤੇ ਆਪਾਂ ਨੂੰ ਇਹ ਹੁੰਦਾ ਹੈ ਕਿ ਜਿਹੜੇ ਫਿਲਮੀ ਹੀਰੋ ਨੇ ਸ਼ਾਇਦ ਉਹੀ ਸਾਰਾ ਕੁਝ ਆ ਪਰ ਅਸਲ ਜ਼ਿੰਦਗੀ ਦੇ ਜਿਹੜੇ ਹੀਰੋ ਨੇ ਉਹਨਾਂ ਨੂੰ ਮਿਲਣ ਦਾ ਉਹਨਾਂ ਨੂੰ ਜਾਣਨ ਦਾ ਆਪਾਂ ਨੂੰ ਬਹੁਤ ਘੱਟ ਮੌਕਾ ਮਿਲਦਾ ਇਹ ਆਪਾਂ ਨੂੰ ਇਦਾਂ ਲੱਗਦਾ ਹੈ ਕਿ ਸ਼ਾਇਦ ਜੋ ਕੁਝ ਉਹ ਜਿਹੜਾ ਪਰਦੇ ਤੇ ਦਿਖਾਇਆ ਜਾਂਦਾ ਉਹੀ ਸਾਰਾ ਕੁਝ ਹੈ ਪਰ ਜਿਹੜੇ ਲੋਕ ਅਸਲ ਦੇ ਵਿੱਚ ਹਿੱਕਾਂ ਡਾ ਕੇ ਲੜਦੇ ਨੇ ਜਿਹੜੇ ਅਸਲ ਹੀਰੋ ਨੇ ਉਹਨਾਂ ਨੂੰ ਬਹੁਤ ਵਾਰ ਆਪਾਂ ਕਈ ਵਾਰ ਜਾਣਦੇ ਨਹੀਂ ਹੁੰਦੇ ਕਈ ਵਾਰ ਆਪਾਂ ਦਾ ਇੰਟਰਸਟ ਨਹੀਂ ਹੁੰਦਾ ਪਰ ਜਦੋਂ ਆਪਾਂ ਨੂੰ ਪਤਾ ਲੱਗਦਾ ਹੈ ਤੇ ਫਿਰ ਆਪਣੀਆਂ ਅੱਖਾਂ ਡੀਆਂ ਰਹਿ ਜਾਂਦੀਆਂ ਇਸੇ ਤਰ੍ਹਾਂ ਦੀ ਇੱਕ ਸ਼ਖਸੀਅਤ ਕਾਰਗਲਵਾਰ ਦੇ ਹੀਰੋ ਬਰਗੇਡੀਅਰ ਐਮਪੀਐਸ ਬਾਜਵਾ ਹੁਰੀ ਐਸ ਵਕਤ ਮੇਰੇ ਨਾਲ ਨੇ ਆਪਾਂ ਉਹਦਾ ਸਵਾਗਤ ਕਰਦੇ ਆ ਬਾਜਵਾ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਪ੍ਰਾਈਮੇਰੀ ਸ਼ਾ ਟੀਵੀ ਤੇ ਬਹੁਤ ਬਹੁਤ ਸ਼ੁਕਰੀਆ ਮੈਂ ਵੀ ਮੇਰੇ ਖਿਆਲ ਪ੍ਰਾਇਮੇਸ਼ੀਆ ਦੇ ਸਰੋਤਿਆਂ ਨੂੰ ਖੁਸ਼ਕਿਸਮਤੀ ਹੈ ਮੇਰੀ ਕਿ ਅੱਜ ਮੈਂ ਉਹਨਾਂ ਨੂੰ ਖਾਤਿਰਬ ਹੋ ਰਿਹਾ ਉਹ ਵੀ ਖੁਸ਼ਕਿਸਮਤ ਸਰੋਤੇ ਨੇ ਜੋ ਕਿ ਪ੍ਰਾਇਮੇਸ਼ੀਆ ਵਿੰਦੇ ਨੇ ਬਾਈਓ ਸਾਹਿਬ ਜੇ ਮੈਂ ਗਲਤ ਨਾ ਹੋਵਾਂ ਤੇ ਆਹੀ ਉਹ ਮਹੀਨਾ ਹੈ ਜਦੋਂ 1999 ਦੇ ਵਿੱਚ ਕਾਰਗਿਲ ਦੀ ਜੰਗ ਚੱਲ ਰਹੀ ਸੀ ਐਂਡ ਜਿਸ ਕਾਰਗਿਲ ਦੇ ਤੁਸੀਂ ਹੀਰੋ ਟਾਈਗਰ ਹਿੱਲ ਨੂੰ ਤੁਸੀਂ ਸਾਰ ਕੀਤਾ ਐਂਡ ਉਸ ਤੋਂ ਬਾਅਦ ਜਿਹੜੇ ਉਹ ਕਾਰਨਾਮੇ ਨੇ ਸਾਰਿਆਂ ਦੇ ਉੱਪਰ ਆਪਾਂ ਆਵਾਂਗੇ ਹੌਲੀ ਹੌਲੀ ਔਰ ਮੈਂ ਚਾਹਣਾ ਹੈ ਕਿ ਆਪਾਂ ਇਸ ਤੋਂ ਪਿੱਛੇ ਚਲੀਏ ਜ਼ਰੂਰ ਜਿਹੜੀ ਉਹ 71 ਵਾਲੀ ਯੰਗ ਸੀਗੀ ਉਤੋਂ ਸ਼ੁਰੂਆਤ ਕੀਤੀ ਜਾਵੇ ਕਿਉਂਕਿ ਉਦੋਂ ਤੁਸੀਂ ਵੀ ਯੰਗ ਸੀਗੇ ਐਂਡ ਉਦੋਂ ਵਾਲਾ ਤਜਰਬਾ ਜੇ ਆਪਾਂ ਉਤੋਂ ਸ਼ੁਰੂ ਕਰੀਏ ਤੇ ਉਹ ਜ਼ਿਆਦਾ ਬੈਟਰ ਹੈ ਜੀ ਫਿਰ ਹੌਲੀ ਹੌਲੀ ਆਪਾਂ 99 ਤੱਕ ਆਉਨੇ ਆ ਗੁਰਪ੍ਰੀਤ ਜੀ ਇਹ ਮੇਰੀ ਖੁਸ਼ਕਿਸਮਤੀ ਸੀ ਕਿ ਮੈਂ ਸ਼ੁਰੂ ਤੋਂ ਹੀ ਜੀ 8ਵੀਂ ਕਲਾਸ ਤੋਂ ਹੀ ਸੈਨਿਕ ਸਕੂਲ ਕਪੂਰਥਲੇ ਦਾ ਸਭ ਤੋਂ ਪਹਿਲਾਂ ਅੱਜ 60 ਬਰੇ ਮੇਰੇ ਕੱਲ ਦੋ ਦਿਨ ਪਹਿਲਾਂ ਹੀ ਅਸੀਂ ਫਾਊਂਡਰਸ ਡੇ ਮਨਾਇਆ 8 ਜੁਲਾਈ ਨੂੰ 1961 ਦੇ ਵਿੱਚ ਮੈਂ ਸੈਨਸ ਸਕੂਲ ਦੇ ਵਿੱਚ ਦਾਖਲਾ ਲਿਆ ਪਹਿਲੀ ਵਾਰੀ ਇਹ ਪੰਜਾਬ ਦੇ ਵਿੱਚ ਸੈਨਸ ਸਕੂਲ ਦੋ ਲੈ ਕੇ ਆਏ ਸੀ ਇਸ ਦਾ ਪ੍ਰਤਾਪ ਸਿੰਘ ਕਹਿੰਦਾ ਹਾਂ تیاری ਕੀਤੀ ਖੁਸ਼ਕਿਸਮਤੀ ਮੇਰੀ ਇਸ ਕਰਕੇ ਵੀ ਹੈ ਕਿ ਮੈਂ 001 ਸਕੂਲ ਦਾ ਪਹਿਲਾ ਵਿਦਿਆਰਥੀ ਹਾਂ ਜਿਹਨੇ ਸਕੂਲ ਸ਼ੁਰੂ ਕੀਤਾ ਮੇਰੀ ਸ਼ੁਰੂਆਤ ਇੱਥੋਂ ਹੋਈ ਕਿਉਂਕਿ ਇਹ ਸਕੂਲ ਇੱਕ ਐਸਾ ਸਕੂਲ ਹੈ ਜਿਹੜਾ ਕਿ ਆਰਮ ਫੋਰਸਸ ਲਈ ਚਾਹੇ ਉਹ ਆਰਮੀ, 에어 ਫੋਰਸ, ਨੇਵੀ ਕੋਈ ਵੀ ਹੋਵੇ ਉਹਨਾਂ ਲਈ ਇੱਕ ਨਰਸਰੀ ਹੈ ਜਿਹੜਾ ਕਿ ਉਹਨੂੰ ਤਿਆਰ ਕਰਕੇ ਸਾਡੇ ਆਰਮ ਫੋਰਸ ਲਈ ਭੇਜ ਦੇ। ਜੀ। ਸੋ ਸ਼ੁਰੂਆਤ ਮੇਰੀ ਇੱਥੋਂ ਹੋਈ। ਉਸ ਤੋਂ ਬਾਅਦ ਮੈਂ ਆਰਮੀ ਚ 14 ਪੰਜਾਬ ਨਾਬਾਕਾਲ ਜਿਹੜੀ ਪੰਜਾਬ ਰੈਜiment ਚ ਉਹਦੇ ਵਿੱਚ ਮੈਨੂੰ ਕਮਿਸ਼ਨ ਮਿਲਿਆ 1969 ਚ। ਹੂੰ। ਔਰ ਮੇਰੀ ਫਿਰ ਕੁਝ ਕੁ ਮੈਂ ਕਹਾਗਾ ਖੁਸ਼ਕਿਸਮਤੀ ਇਸ ਕਰਕੇ ਕਿਉਂਕਿ ਜੋ 2 ਸਾਲ ਦੇ ਸਰਵਿਸ ਦੇ ਵਿੱਚ ਹੀ ਮੈਨੂੰ ਪਹਿਲਾ ਮੌਕਾ ਮਿਲਿਆ 1971 ਦੀ ਬੰਗਲਾਦੇਸ਼ ਦੀ ਲੜਾਈ 'ਚ ਜੀ ਖੁਸ਼ਕਿਸਮਤੀ ਮੈਂ ਇਸ ਕਰਕੇ ਵੀ ਕਹਿੰਨਾ ਕਿ ਕੋਈ ਵੀ ਫੌਜੀ ਜੀ ਜਿਸ ਨੂੰ ਇੱਕ ਇੱਕ ਵਾਰ ਲੜਨ ਦਾ ਮੌਕਾ ਮਿਲੇ ਉਹਦੇ ਨਾਲ ਦੀ ਚੀਜ਼ ਨਹੀਂ ਕੋ ਜੋ ਜਿੰਨਾ ਚੀਜ਼ਾਂ ਅਸੀਂ ਕੋਈ ਵੀ ਪੇਪਰ ਦੇ ਵਿੱਚ ਕੋ ਕੰਮ ਕਰਦੇ ਆ ਇਹ ਉਸ ਵਾਂਗ ਹੁੰਦਾ ਜਿਵੇਂ ਕੋਈ ਵਕੀਲ ਆਪਣਾ ਕੇਸ ਪੈਣਾ ਜਿੰਨੇ ਦਿਨ ਲੜਦਾ ਨਹੀਂ ਉਹਨੇ ਦਿਨ ਲਾ ਬੁੱਕਸ ਪੜ੍ਹਦੀਆਂ ਪੜ੍ਹਦੇ ਪੜ੍ਹਦੇ ਉਹਨੂੰ ਕੁਝ ਪਤਾ ਨਹੀਂ ਲੱਗਦਾ ਪ੍ਰੈਕਟੀਕਲੀ ਜੋ ਪਤਾ ਲੱਗਦਾ ਹੈ ਜੋ ਸਾਨੂੰ ਮਹਿਸੂਸ ਹੁੰਦਾ ਉਹ ਇੱਕ ਆਮੀ ਜਾਂ ਆਰਮੀ ਦਾ ਜਵਾਨ ਜਾਂ ਆਰਮੀ 'ਚ ਰਹਿਣ ਵਾਲਾ ਹੀ ਇੱਕ ਦੱਸ ਸਕਦਾ ਹੈ। ਜੀ 71 'ਚ ਮੈਂ ਬੰਗਲਾਦੇਸ਼ ਪਹਿਲੇ ਲੜਾਈ ਸਾਡੀ ਬੰਗਲਾਦੇਸ਼ 'ਚ 20 21 ਨਵੰਬਰ 1971 'ਚ ਹੋਈ। ਮੈਂ ਤਾਂ ਜ਼ੋਰ ਦਿੱਤਾ ਡੇਟ ਤੇ ਕਿਉਂਕਿ ਜੋ ਅਸਲ ਲੜਾਈ ਜੋ ਹੈ 3 ਦਸੰਬਰ ਨੂੰ ਡਿਕਲੇਅਰ ਕੀਤੀ ਗਈ ਸੀ ਜੋ ਕਿ ਵੈਸਟਰਨ ਫਰੰਟ ਤੇ ਵੀ ਬਾਰਡਰ ਖੁੱਲਿਆ ਸੀ। ਬੰਗਲਾਦੇਸ਼ 'ਚ ਅਸੀਂ ਅੰਦਰ ਜਾ ਕੇ ਸਾਡੀ ਪਲਟਨ ਨੇ ਇੱਕ ਏਰੀਆ ਸੀ ਜਿਹੜਾ ਕਿ ਪਿੰਡ ਦਾ ਨਾਮ ਗਰੀਪੁਰ ਬੈਟਲ ਆਫ ਗਰੀਪੁਰ ਬਹੁਤ ਇੱਕ ਫੇਮਸ ਬੈਟਲ ਹੈ ਜਿੱਥੇ ਕਹੀ ਪਾਕਿਸਤਾਨ ਦੀ 107 ਬਰਗੇਡ ਨੂੰ ਉਹਨਾਂ ਦੇ ਟੈਂਕਸ ਨਾਲ ਉਹਨਾਂ ਨੂੰ ਨਿਸ਼ਤੇ ਨਬੂਤ ਕੀਤਾ ਸੀ ਔਰ ਉਹ ਪਹਿਲੀ ਜਿੱਤ ਸੀ ਜਿਹਨੇ ਕਿ ਬਿਲਕੁਲ ਸਾਫ ਕਰਤਾ ਸੀ ਸਾਡਾ ਖੋਲਣਾ ਤੱਕ ਅਡਵਾਂਸ ਕਰਨਾ ਇਹ ਮੇਰੀ ਪਹਿਲੀ ਇੱਕ ਬਹੁਤ ਵੱਡੀ ਇੱਕ ਮੇਰਾ ਤਜਰਬਾ ਸੀ ਜਿਹੜਾ ਕਿ ਮੈਨੂੰ ਹਾਸਲ ਹੋ ਗਿਆ 2 ਸਾਲ ਦੀ ਸਰਵਿਸ ਚ ਜੀ ਬਾਈਵਾ ਸਾਹਿਬ ਮੈਂ ਮੈਂ ਮਾਫੀ ਚਾਹਣਾ ਤੁਹਾਨੂੰ ਮਾੜਾ ਜਿਹਾ ਟੋਕ ਰਿਹਾ ਮੈਂ ਪੁੱਛਣਾ ਚਾਹਣਾ ਉਦੋਂ ਉਮਰ ਕੀ ਸੀ ਜੀ ਉਦੋਂ ਉਮਰ ਮੇਰੀ ਸਿਰਫ 25 ਸਾਲ ਦੀ ਸੀ ਜਿਆ ਬਾ 23 ਸਾਲ ਦੀ ਸੀ ਕਰੈਕਸ਼ਨ ਔਰ 23 ਸਾਲ ਦੀ ਉਮਰ ਚੀ ਮੈਨੂੰ ਇਹ ਤਜਰਬਾ ਹੋਣ ਦਾ ਮਤ ਮਿਲਿਆ ਜੀ ਮੈਂ ਉਦੋਂ ਬ੍ਰਿਗੇਡੀਅਰ ਦਾ ਰੈਂਕ ਮੈਨੂੰ 1997 ਚ ਮੈਨੂੰ ਪ੍ਰੋਮੋਸ਼ਨ ਮਿਲੀ ਔਰ ਮੈਨੂੰ ਫਿਰ ਬੜੀ ਖੁਸ਼ੀ ਹੋਈ ਕਿ ਮੇਰੀ ਪੋਸਟਿੰਗ ਹੈ ਉਹ ਜਿਹੜੀ ਹੈ ਬਾਰਾਮੂਲਾ ਦੇ ਕੋਲ ਨਾਰਥ ਕਸ਼ਮੀਰ ਦੇ ਵਿੱਚ ਬਟਨ ਜਗਾਇ ਖਾ ਗੀਏ ਜੀ ਸੂਪੁਰ ਦੇ ਕੋਲ ਉੱਥੇ ਮੇਰੀ ਹੋਈ ਜੀ ਔਰ ਉਹ ਟੈਰੋਰੀਜ਼ਮ ਦੇ ਵਿੱਚ ਜੋ ਵੀ ਤੁਹਾਨੂੰ ਪਤਾ ਜੋ ਚੱਲ ਰਿਹਾ ਸੀ ਉਹ ਸਬਕ ਹੂੰ ਹੂੰ ਉਹ ਛੇ ਸਾਲ ਲੰਘਦੇ ਨੇ 14 ਅਗਸਤ 1998 ਦੇ ਵਿੱਚ ਇੱਕ ਸਾਲ ਤੋਂ ਬਾਅਦ ਹੀ ਹੂੰ ਮੇਰੇ ਤੇ ਇੱਕ ਆਰ ਡੀ ਐਕਸ ਚ ਮੈਨੂੰ ਉਹਨਾਂ ਨੇ ਉਡਾ ਦਿੱਤਾ ਟੈਰਰਿਸ ਨੇ ਉਹ ਅੱਛੀ ਪਰ ਪ੍ਰਮਾਤਮਾ ਜਿਹਨੂੰ ਬਚਾਉਂਦਾ ਹੈ ਉਹ ਮੇਰਾ ਹੈਲੀਕਾਪਟਰ ਨਹੀਂ ਭਾਈ ਉਹ ਜਦੋਂ ਅਵੇਕੂਏਟ ਕਰਨ ਲੱਗੇ ਤੇ ਮੇਰਾ ਗਨਮੈਨ ਔਰ ਮੇਰਾ ਰੇਡੀਓ ਆਪਰੇਟਰ ਵੀ ਬਹੁਤ ਬੁਰੀ ਤਰ੍ਹਾਂ ਜ਼ਖਮੀ ਸਨ। ਹੂੰ ਹੂੰ। ਔਰ ਫਿਰ ਮੇਰੀ ਖੁਸ਼ਕਿਸਮਤੀ ਇਸ ਕਰਕੇ ਕਿ ਜਿਹੜਾ ਹੈਲੀਕਾਪਟਰ ਦਾ ਪਾਇਲਟ ਮੈਨੂੰ ਲੈਣ ਆਇਆ। ਜੀ। ਸਿਨੇਗਰ ਐਮ ਐਚ ਨੂੰ ਅਵੇਕੂਏਟ ਕਰਨ ਲਈ। ਉਹ ਪਟਨ ਦੇ ਵਿੱਚ ਜਦੋਂ ਉਤਰਿਆ ਤੇ ਉਹਨੇ ਮੈਨੂੰ ਸਲੂਟ ਕਰਕੇ ਕਿਹਾ ਕਿ ਸਰ ਮੈਂ ਸੈਨਸਕੂਲ ਕਪੂਰਥਲਾ ਦਾ ਕਰਨਲ ਏ ਕੇ ਦੱਤ। ਮੈਂ ਕਿਹਾ ਜੇ ਤੂੰ ਹੁਣ ਮੇਰੇ ਸਕੂਲ ਦਾ ਹੀ ਹੈ ਤੇ ਫਿਰ ਤੈਨਾਂ ਨੂੰ ਸਾਨੂੰ ਨਾਲ ਲੈ ਜਾ ਕਿਉਂ ਜੋ ਮੈਨੂੰ ਸਿਰਫ ਲੈਣ ਆਇਆ ਸੀ। ਛੋਟਾ ਹੈਲੀਕਾਪਟਰ ਸੀ। ਉਹਨੂੰ ਕੋਮਲਿਆ ਸੀ ਸਿਰਫ ਉਹਨਾਂ ਨੂੰ ਲੈ ਕੇ ਆਬਰ ਗ੍ਰੇਡੀਅਰ ਬਾਜਵਾਨ ਜੀ ਮੈਂ ਕਹ ਮੇਰੇ ਨਾਲ ਨੇ ਇਹਨਾਂ ਨੂੰ ਵੀ ਉਨੇ ਚਾਹੀਦੀ ਹੈ ਤਵੱਜੋ ਜੋ ਕਿ ਮੈਂ ਇੱਕ ਬ੍ਰਿਗੇਡੀਅਰ ਹੋਣ ਦੇ ਨਾਤੇ ਜਾਂ ਇੱਕ ਅਫਸਰ ਨੂੰ ਚਾਹੀਦੀ ਹੈ ਸੋ ਅਸੀਂ ਤਿੰਨੇ ਉਸੇ ਹੈਲੀਕਾਪਟਰ ਚ ਮੈਨੂੰ ਯਾਦ ਹੈ ਅਸੀਂ ਜ਼ਖਮੀ ਸਾਂ ਬੁਰੀ ਤਰ੍ਹਾਂ ਲਹੂ ਲੋਹਾਂ ਸਾਂ ਪਹੁੰਚੇ ਔਰ ਮੈਨੂੰ ਖੁਸ਼ੀ ਇਹ ਕਹਿਣ ਦੀ ਗੱਲ ਇਹ ਦੱਸਣ ਦੀ ਕਿ ਤਿੰਨੇ ਅਸੀਂ ਸਰਵਾਈਵ ਕੀਤਾ ਮੈਂ ਅਲੱਗ-ਅਲੱਗ ਹਸਪਤਾਲਾਂ ਚ ਹੁੰਦਾ ਹੋਇਆ 40 ਟਾਂਕਿਆਂ ਤੋਂ ਬਾਅਦ ਦੁਬਾਰਾ ਮੈਂ ਵਾਰੰਟੀ ਰੋਕੇ ਮੈਂ ਕਿਹਾ ਮੈਂ ਦੁਬਾਰਾ ਉੱਥੇ ਹੀ ਜਾਣਾ ਚਾਹੁੰਦਾ ਹਾਂ ਜੀ ਐਨਕੇ ਚ ਜੀ ਕਹਿਣ ਦੀ ਗੱਲ ਪ੍ਰਮਾਤਮਾ ਨੇ ਫਿਰ ਮੈਨੂੰ ਰੱਖਿਆ ਇਸ ਕਰਕੇ ਸ਼ਾਇਦ ਮੈਂ ਹੋਰ ਵੀ ਇੱਕ ਪ੍ਰਾਪਤੀ ਕਰਨੀ ਸੀ ਜੀ ਅਚਾਨਕ ਫਿਰ 99 ਚ ਅਪ੍ਰੈਲ ਦੇ ਵਿੱਚ ਜਾਂ ਮਈ ਦੇ ਵਿੱਚ ਇਹ ਕਾਰਗਿਲ ਦੀ ਜੰਗ ਸ਼ੁਰੂ ਹੋ ਗਈ ਜੀ ਉਹ ਫਿਰ ਮੇਰੀ ਖੁਸ਼ਕਿਸਮਤੀ ਕਿ ਮੈਨੂੰ ਇਸ ਜੰਗ ਚ ਵੀ ਹਿੱਸਾ ਲੈਣ ਦਾ ਮੌਕਾ ਮਿਲਿਆ ਜੀ ਜਦੋਂ ਇਹ ਮੇਰੀ ਤਾਰੋਲਿੰਗ ਦੀ ਹਾਈਟਸ ਜਿਹੜੀਆਂ ਨੇ ਪਹਿਲਾਂ ਜਦੋਂ ਪਾਕਿਸਤਾਨ ਨੇ ਕਬਜ਼ਾ ਕੀਤਾ ਸੀ 1 ਅਲਫਾ ਜ 1 ਅਲਫਾ ਸੀ ਉਹਨੂੰ ਕਹਿੰਦੇ ਆ ਜਿਹੜੀ ਰੋਡ ਜਾ ਰਹੀ ਹੈ ਸ਼੍ਰੀਨਗਰ ਤੋਂ ਲੇਹ ਤੱਕ ਜੀ ਇਸ ਦੇ ਨਾਲ ਨਾਲ ਜਦੋਂ ਅਸੀਂ ਜ਼ੀਲਾ ਪਾਸ ਟੂ ਕ੍ਰੋਸ ਕਰਕੇ ਅਸੀਂ ਐਂਟਰ ਹੁੰਨੇ ਆ ਲਦਾਖ ਚ ਤੇ ਉੱਥੋਂ ਦੀ ਟੈਰੇਨ ਬਿਲਕੁਲ ਅਲੱਗ ਹੈ ਬਿਲਕੁਲ ਰੌਕਸ ਨੇ ਉੱਚੇ ਉੱਚੇ ਫੀਚਰਸ ਨੇ ਕੋਈ ਗਧਰਖਤ ਨਹੀਂ ਕੋਈ ਕੋਈ ਅਸੀਂ ਨਹੀਂ ਸਿਰਫ ਰੌਕਸ ਹੀ ਰੌਕਸ ਨੇ ਔਰ ਹਾਈਟਸ ਜਿਹੜੀਆਂ ਨੇ ਉਹ 16 ਤੋਂ 17000 ਤੱਕ ਜਾਂਦੀਆਂ ਇਹਨੀ ਉੱਚ ਉੱਚੀਆਂ ਪਹਾੜੀਆਂ ਨੇ ਜੀ ਦਰਾ ਸੈਕਟਰ ਜਿਹੜਾ ਪਹਿਲਾਂ ਹੀ ਸ਼ੁਰੂ ਚ ਜ਼ਿਲ੍ਹਾ ਤੋਂ ਉੱਤਰ ਦੇ ਆਉਂਦਾ ਇਹਨਾਂ ਤਿੰਨ ਜਗ੍ਹਾ ਦੇ ਉੱਤੇ ਪਾਕਿਸਤਾਨੀਆਂ ਨੇ ਜੋ ਕਰ ਰੱਖਿਆ ਸੀ ਕਬਜ਼ਾ ਉਹ ਜਗ੍ਹਾਸਾਂ ਟੋਰਲਿੰਗ ਟਾਈਗਰ ਹਿੱਲ ਤੇ ਪੁਆਇੰਟ 4875 ਇਹ ਨਾਲ ਨਾਲ ਬਿਲਕੁਲ ਲੱਗਦੇ ਸੀ ਔਰ ਫਿਰ ਬਿਲਕੁਲ ਫੀਚਰ ਜਿਹੜੇ ਰੋਡ ਦੇ ਨੇ ਕਰੀਬ ਸਨ ਕਿ ਉਹ ਸਾਡੀ ਦਖਲਅੰਦਾਜ਼ੀ ਉਹਨਾਂ ਦਾ ਡਾਇਰੈਕਟ ਫਾਇਰ ਉਹਨਾਂ ਦੇ ਮੋਟਰ ਦਾ ਫਾਇਰ ਜਿਹੜਾ ਕਿ ਉੱਤੇ ਓਪੀ ਸਨ ਔਰ ਓਪੀਜ਼ ਉਹਨਾਂ ਦਾ ਫਾਇਰ ਜਿਹੜਾ ਸੀ ਡਾਇਰੈਕਟ ਇਨਡਾਇਰੈਕਟ ਫਾਇਰ ਜੋ ਹੈ ਉਹ ਗੰਜ਼ੇ ਨਾਲ ਉਥੋਂ ਲੈ ਰਹੇ ਸਨ ਔਰ ਕਿਸੇ ਨੂੰ ਮੂਵਮੈਂਟ ਨਹੀਂ ਕਰਨ ਦਿੰਦੇ ਸੀ ਜਿਹੜੀ ਕਿ ਅਸੀਂ ਉਸ ਰੋਡ ਦੇ ਉੱਤੇ ਜਦੋਂ ਜਾਣਾ ਹੁੰਦਾ ਸੀ ਡਵੈਲਨ ਉਸੇ ਰੋਡ 'ਤੇ ਸਿਰਫ ਕਰੋੜ ਸੀ ਜਿਹੜਾ ਕਿਸੇ ਤੇਮਾਲ ਕਰ ਸਕਦੇ ਸੀ ਟੋਰਨਿੰਗ 15 ਮਈ ਤੋਂ ਲੈ ਕੇ ਅਸੀਂ ਜੂਨ ਦੇ ਪਹਿਲੇ ਹਫਤੇ ਤੱਕ ਐਂਡ ਤੱਕ 29 ਜੂਨ ਤੱਕ ਅਸੀਂ ਇਹਨੂੰ ਕਬਜ਼ਾ ਕਰ ਲਿਆ ਸੀ ਇਹ ਤੋਂ ਦੁਸ਼ਮਨ ਨੂੰ ਹਟਾ ਦਿੱਤਾ ਸੀ 56 ਬ੍ਰਿਗੇਡ ਸੀ ਮੇਰਾ 192 ਮਾਊਂਟਨ ਬ੍ਰਿਗੇਡ ਸੀ ਜਿਹਦਾ ਮੈਂ ਕਮਾਂਡਰ ਸਾਂ ਜੀ ਔਰ ਮੈਨੂੰ ਇਹ ਟਾਸ ਦਿੱਤਾ ਗਿਆ 26 ਜੂਨ ਨੂੰ ਜਦੋਂ ਮੈਂ ਐਂਟਰ ਹੋਇਆ ਔਰ ਮੇਰੇ ਜੀਓਸੀ ਮੇਜਰਲ ਉਸ ਟਾਈਮ ਤੇ ਮੇਜਰਲ ਮਹਿੰਦਰਪੁਰੀ ਉਹਨਾਂ ਨੇ ਮੈਨੂੰ ਬੁਲਾ ਕੇ ਕਿਹਾ ਬਾਜ ਤੇਰਾ ਹੁਣ ਟਾਸ ਇੱਕ ਬਹੁਤ ਹੀ ਕਠੜ ਟਾਸ ਹੈ ਜੀ ਟਾਈਗਰ ਹਿੱਲ ਤੇ ਤੂੰ ਕਬਜ਼ਾ ਕਰਨਾ ਹੈ ਜੀ ਮੈਂ ਕਿਹਾ ਜਿਵੇਂ ਮੇਰੀ ਸੀ ਮੈਂ ਕਿਹਾ ਕੋਈ ਪ੍ਰੋਬਲਮ ਨਹੀਂ ਹੈ ਸਰ No problem ਉਹਨਾਂ ਆਸਕੇ ਕਿਹਾ ਕਿ ਪ੍ਰੋਬਲਮ No problem ਤੂੰ ਤੋਹ ਕਹਤਾ ਤੈਨੂੰ ਪਤਾ ਕਿ ਬਹੁਤ ਜ਼ਿਆਦਾ ਕਠਿਨ ਕੰਮ ਹੈ ਉਹ ਬਹੁਤ ਜ਼ਿਆਦਾ ਮੁਸ਼ਕਲ ਹੈ ਮੈਂ ਕਹਾਂ ਸਰ ਜੇ ਤੁਸੀਂ ਸੋਚ ਸਮਝ ਕੇ ਮੈਨੂੰ ਟਾਸ ਦਿੱਤਾ ਹੋਏਗਾ ਮੈਂ ਪਹਿਲੇ ਤੁਹਾਨੂੰ ਪ੍ਰੋਬਲਮ ਪੇਸ਼ ਕਰਨੀ ਸ਼ੁਰੂ ਕਰ ਦਵਾਂ ਜਾਂ ਦੱਸਣੀ ਸ਼ੁਰੂ ਕਰ ਦਵਾਂ ਤੇ ਮੈਂ ਤੁਹਾਡੇ ਲਈ ਇੱਕ ਸੋਲੂਸ਼ਨ ਬਣ ਕੇ ਆਇਆ ਪ੍ਰੋਬਲਮ ਨਹੀਂ ਬਿਲਕੁਲ ਠੀਕ ਤੁਸੀਂ ਮੈਨੂੰ ਹੁਕਮ ਦਿਓ ਉਹਨਾਂ ਕਹਾਂ ਤੂੰ ਜਾ ਨੀਚੇ 56 ਬ੍ਰਿਗੇਡ ਦਰਾਸ ਦੇ ਵਿੱਚ ਅੱਜ ਰਾਤ ਤੂੰ 56 ਬ੍ਰਿਗੇਡ ਦੇ ਨਾਲ ਘਟ ਕੱਲ ਤੋਂ ਸਵੇਰੇ ਤੂੰ ਆਪਣੀ ਰਿਕੋਨਿਸਸ ਸ਼ੁਰੂ ਕਰ ਉਹ ਫਿਰ ਤੇ ਅਸੀਂ ਪਲਾਨ ਜਿਹੜੀ ਹੈ ਉਹ ਆ ਕੇ ਚੀਫ ਤੇ ਸਾਰੇ ਸੁਣਨਗੇ ਜੀ ਜਦੋਂ ਮੈਂ ਮੈਨੂੰ ਹੁਕਮ ਮਿਲਿਆ ਕਿ ਜੋ ਰੈਕੀ ਕਰਨੀ ਸੀ ਉਹ ਬਿਲਕੁਲ ਹੈਲੀਕਾਪਟਰ ਦੀ ਰੈਕੀ ਵੀ ਮੇਰੀ ਦੂਸਰੀ ਸੀ ਫਰੰਟ ਫਰੰਟ ਦੀ ਸੀ ਕਿਉਂਕਿ ਜੋ ਅਸੀਂ ਆਲਰੇਡੀ ਸਾਡੇ ਦੋ ਆਰਮਡ ਹੈਪਟਰਸ ਔਰ ਦੋ ਜਹਾਜ਼ ਸਾਡੇ ਜਾ ਚੁੱਕੇ ਸੀ ਜਾਇਆ ਔਰ ਇਸ ਕਰਕੇ ਥੋੜ੍ਹੀ ਸੀ ਕੋਸ਼ਿਸ਼ਾਂ ਮੈਂ ਆਪਣੀ ਗਰਾਉਂਡ ਰੈਕੀ ਵਾਸਤੇ ਨਿਕਲੇ ਸਾਂ ਕਿ ਕੋਈ ਮੇਰਾ ਖਿਆਲ ਕਿ ਕੋਈ ਪਾਕਿਸਤਾਨੀ ਓਪੀ ਮੈਨੂੰ ਵੇਖ ਰਿਹਾ ਸੀ ਜੀ ਉਸ ਓਪੀ ਨੇ ਮੇਰੇ ਤੇ ਫਾਇਰ ਲਿਆਉਣਾ ਸ਼ੁਰੂ ਕੀਤਾ ਮੈਂ ਪਹਿਲਾਂ ਸਮਝਾ ਕਿ ਸ਼ਾਇਦ ਵੈਸੇ ਲੈ ਰਿਹਾ ਪਰ ਅਚਾਨਕ ਉਦੋਂ ਹੀ ਮੈਨੂੰ ਪਤਾ ਲੱਗਾ ਕਿ ਜਦੋਂ ਗੋਲਾ ਮੇਰੇ ਕੋਲ ਸਿਰਫ 10 ਗਜ਼ ਦੀ ਦੂਰੀ ਤੇ ਗਿਰਿਆ ਜੀ ਇੱਕ ਛੋਟਾ ਜਿਹਾ ਬੰਕਰ ਜਿਹਾ ਸੀ ਪੁਰਾਣਾ ਉਹ ਮੇਰੇ ਉੱਤੇ ਪੂਰਾ ਮੈਂ ਦੱਬ ਗਿਆ ਉਹਦੇ ਵਿੱਚ ਉਹ ਮੈਂ ਕਿਵੇਂ ਬਚਿਆ ਫਿਰ ਮੈਂ ਕਹਾਂਗਾ ਕਿ ਬਹੁਤ ਵੱਡੀ ਪਰਮਾਤਮਾ ਦੀ ਮਿਹਰ ਸੀ ਜੀ ਜਿਹੜੇ 48 ਟਾਂਕੇ ਮੇਰੇ ਅੱਜ ਮੇਰੀ ਬਾਡੀ ਤੇ ਨੇ ਹੂੰ ਹੂੰ ਜਿਹੜੇ 40 ਪਹਿਲਾਂ ਸੀ ਔਰ 8 ਬਾਅਦ ਚ ਘਾਰਗਲ ਦੀ ਲੜਾਈ ਚ ਮੇਰਾ خیال ਨਿਰਲੀ ਸਭ ਤੋਂ ਮਾਨ ਦੀ ਗੱਲ ਇਹ ਵੇ ਉਹਨਾਂ ਮੈਨੂੰ ਆਪਣੀ ਗੈਲੈਂਟਰੀ ਅਵਾਰਡ ਤੇ ਨਹੀਂ ਫਖਰ ਜਿਨ੍ਹਾਂ ਮੈਨੂੰ ਇਹਨਾਂ 48 ਟਾਂਕਿਆਂ ਤੇ ਆ ਇਹ ਸਾਡੀ ਇੱਕ ਸ਼ਾਨ ਹੈ ਮੋਰ ਥਨ ਮੈਡਲਸ ਜਾਂ ਗੈਲੈਂਟਰੀ ਅਵਾਰਡਸ ਮੇਰੀ ਬਰੀਫਿੰਗ ਕੋ ਬਾਤ ਜਿਹੜਾ ਕਿ ਮੈਂ ਕਿਹਾ ਕਿ ਮੈਂ ਪਹਿਲਾਂ ਟਾਈਗਰ ਹਿੱਲ ਟਾਪ ਨੂੰ ਕੈਪਚਰ ਕਰਾਂਗਾ ਔਰ ਫਿਰ ਖੱਬੇ ਪਾਸੇ ਨੂੰ ਪ੍ਰਸੀਡ ਕਰਾਂਗਾ ਜਿਵੇਂ ਮੈਂ ਪਲਾਨ ਦਿੱਤੀ ਜੀ ਕੁਝ ਕਾਰਨਾਂ ਵਸ਼ ਉਹਨਾਂ ਦੇ ਸੋਚਣ ਦੇ ਮੁਤਾਬਕ ਮੇਰੇ ਵੱਡੇ ਆਫੀਸਰਸ ਹਾਇਰ ਆਫੀਸਰਸ ਹਮਮ ਉਹਨਾ ਕਹਿ ਕਿ ਨਹੀਂ ਪਹਿਲਾ 4875 ਆਈ ਕੈਪਚਰ ਕਰਨੇ ਆ ਤੁਹਾਡੇ ਕੋਲ ਅਸੀਂ 13 ਜੈਕਰਫ ਜਿਹੜਾ ਕਿ ਵਿਕਰਮ ਪਟਰਾ ਨੂੰ ਆਲਰੇਡੀ ਮੈਨੂੰ ਵੌਲੰਟੀਅਰ ਕਰਤਾ ਸੀ ਕਿ ਮੈਂ ਸਰ ਟਾਈਗਰ ਹਿੱਲ ਟਾਪ ਤੇ ਮੈਂ ਜਾਵਾਂਗਾ ਜੀ ਬੁੱਕ ਅਪ ਟੂ ਕੈਪਚਰ ਵੀ ਤੱਕ ਵਿਕਰਮ ਪਟਰਾ ਜੀ ਨੂੰ ਪਰਮਵੀਰ ਚੱਕਰ ਮਿਲਿਆ ਮੈਂ ਸੋਚਨਾ ਕਿ ਇਹੋ ਜੇ ਬਹਾਦਰ ਅਫਸਰਾਂ ਨੂੰ ਦੋ ਪਰਮਵੀਰ ਚੱਕਰ ਦਿੱਤੇ ਜਾਣੇ ਚਾਹੀਦੇ ਸੀ ਜੀ ਇਹੋ ਜੀ ਬਹਾਦਰੀ ਨਾਲ ਸਾਡੀ ਯੰਗ ਅਫਸਰ ਸਾਡੇ ਜਵਾਨ ਸਾਰਿਆਂ ਲੜੇ ਹਮ ਉਸ ਤੋਂ ਬਾਅਦ ਮੈਨੂੰ ਸਿਰਫ 8 ਸਿੱਖ ਤੇ 18 ਗ੍ਰੇਨੇਡੀਅਟਾਂ ਇਹ ਦਿੱਤਾ ਗਿਆ ਟਾਸਕ 8 ਸਿੱਖ ਜਿਹੜੀ ਕਿ ਪਹਿਲਾਂ ਆ ਚੁੱਕੀ ਸੀ ਮਈ ਦੇ ਮਹੀਨੇ ਚ ਜੀ ਜੀ ਔਰ ਇੱਕ ਅਫਸਰ ਤੇ 25 ਜਵਾਨ ਗਵਾ ਕੇ ਸ਼ਹੀਦ ਜਿਹਨਾਂ ਦੇ ਹੋ ਚੁੱਕੇ ਸਨ ਹਮਮ ਆਸ-ਪਾਸ ਡਿਪਲੋਏਡ ਸਨ ਚਾਰੇ ਤਰਫ ਟਾਈਗਰ ਹਿੱਲ ਦੇ ਜੀ ਜਿਹਨੂੰ ਕਿ ਮੈਂ ਆਮੂਮਨ ਤੌਰ ਤੇ ਇਸਤੇਮਾਲ ਨਹੀਂ ਕਰ ਸਕਦਾ ਸੀ ਹਮਮ 18 ਗ੍ਰੇਨੇਡੀਅਸ ਜਿਹੜੀ ਕਿ ਟੋਲਰਿੰਗ 6 ਸਾਲਾਂ ਚੁੱਕੀ ਸੀ ਜੀ ਜਿਹੜੇ ਕਰਨ ਖੁਸ਼ਾਲ ਠਾਕੁਰ ਸੀਓ ਸਨ ਜੀ ਜੀ ਔਰ ਉਹ 60 ਬੰਦੇ ਆਪਣੇ ਗਵਾ ਕੇ 60 ਬੰਦੇ 60 ਕੁਆਲਿਟੀਜ਼ ਉਹਨਾਂ ਦੇ ਹੋਣ ਦੇ ਬਾਅਦ ਉਹ ਆਪਣਾ ਆਰਾਮ ਕਰ ਰਹੀ ਸੀ ਗੁਮਰੀਜ ਏਰੀਆ ਦੇ ਵਿੱਚ ਜ਼ਿਲ੍ਹਾ ਦੇ નીચે ਇੱਕ ਜਗ੍ਹਾ ਹੈਗੀ ਛੋਟੀ ਜੀ ਜੀ ਉਸ ਨੂੰ ਮੇਰੇ ਅੰਡਰ ਕਮਾਂਡ ਕਰਤਾ ਗਿਆ ਦੋਹਾਂ ਪਲਟਨਾਂ ਨੂੰ ਹਮ ਇੱਕ ਤਰ੍ਹਾਂ ਦਾ ਐਉਂਜ ਮੈਨੂੰ ਮਹਿਸੂਸ ਹੋਇਆ ਕਿ ਅਚਾਨਕ ਇੱਕ ਬੌਕਸਰ ਨੂੰ ਉਹਦਾ ਹੱਥ ਇੱਕ ਬਨ ਕੇ ਉਹਨੂੰ ਕਿਹਾ ਜਾਇਆ ਕਿ ਤੂੰ ਬੌਕਸਿੰਗ ਲੜ ਜੀ ਪਰ ਫਿਰ ਵੀ ਜਿੰਨੇ ਲੜਨੀ ਹੈ ਉਹ ਇੱਕਾਥੇ ਨਹੀਂ ਲੜਦਾ ਜੀ ਜੀ ਪਲਾਨ ਦੇ ਅਸੀਂ ਕਿ ਸ਼ਾਇਦ ਅਟੈਕ 8 ਸਿਕ ਨੂੰ ਤੁਸੀਂ ਯੂਜ਼ ਨਾ ਕਰ ਸਕੋ ਪਰ 8 ਸਿਕ ਕੀ ਕਰੇਗੀ ਕਿ ਥੱਲੀੋਂ ਜਕਾਰੇ ਛੱਡੇਗੀ ਤਾਂ ਜੋ ਦੁਸ਼ਮਣ ਨੂੰ ਇਹ ਲੱਗੇ ਟਾਈਗਰ ਹਿੱਲ ਚੱਕੇ ਉਹਨਾਂ ਤੇ ਹਮਲਾ ਆ ਰਿਹਾ ਹੈ ਹਮਮ ਔਰ 18 ਗ੍ਰੇਨੇਡੀ ਨੂੰ ਜਿੱਥੋਂ ਤੱਕ ਜਾ ਸਕਦੀ ਤੁਸੀਂ ਵੇਖੋ ਕਿਵੇਂ ਤੁਹਾਡੀ ਪਲਾਨ ਦੇ ਮੁਤਾਬਕ ਤੁਸੀਂ ਕਰ ਸਕਦੇ ਹੋ ਜੀ ਖੈਰ ਪਹਿਲਾਂ ਤੇ ਮੈਂ 8 ਸਿਕ ਜਿਨ੍ਹਾਂ ਦਾ ਅਮਰਾਲ ਡਾਊਨ ਸੀ ਉਹ ਦੱਸਿਆ ਵੀ ਗਿਆ ਸੀ ਮੈਨੂੰ ਕਿਸੇ ਨੇ ਕੋਈ ਰਿਮਾਰਕ ਵੀ ਪਾਸ ਕੀਤਾ ਸੀ ਉਹਨਾਂ ਦੇ ਮੈਸਯੂ ਨਾਲ ਗੱਲ ਕੀਤੀ ਟੁਆਈਸੀ ਨੂੰ ਤੇ ਸੁਬਾਹ ਦਾ ਮੈਜਨ ਨੂੰ ਬੁਲਾਇਆ ਹਮਮ ਮੈਂ ਕਹਾ ਸਿਰਫ ਮੈਨੂੰ ਤੁਹਾਡੇ ਕੋਲ ਇੱਕ ਚੀਜ਼ ਦਾ ਜਵਾਬ ਚਾਹੀਦਾ ਜੀ ਪਰ ਉਹ ਜਵਾਬ ਇਹ ਵੇ ਕਿ ਤੁਸੀਂ ਜਕਾਰੇ ਥੱਲਿਓਂ ਬੁਲਾਉਣੇ ਨੇ ਕਿ ਉੱਥੇ ਜਾ ਕੇ ਬੁਲਾਉਣੇ ਹਮਮ ਦੋ ਵਾਰੀ ਤੁਹਾਡਾ ਅਟੈਕ ਇੱਥੇ ਹੀ ਫੇਲ ਹੋ ਚੁੱਕਾ ਹੈ ਔਰ ਤੁਸੀਂ ਤੇ ਚਾ ਕੇ ਬੈਠੇ ਹੋ ਆਪਣੇ ਇੱਕ ਅਫਸਰ ਤੇ 25 ਜਵਾਂ ਨੂੰ ਆ ਕੇ ਇਕਦਾ ਮੋਂਾਂ ਦੀ ਅੱਖਾਂ 'ਚ ਚਮਕ ਮੈਂ ਵੇਖੀ ਸੁਬਦਾਂ ਮੇਜਰ ਦੀ ਉਹਨਾਂ ਨੇ ਕਿਹਾ ਕਿ ਸਾਹਿਬ ਉੱਤੇ ਜਾ ਕੇ ਉਜਕਾਰਿਆ ਪਲਾਉਣਾ ਮੈਂ ਕਿਹਾ ਠੀਕ ਹੈ ਉਹਨਾਂ ਸੀਓ ਨੂੰ ਕਿਹਾ ਮੈਂ ਕਿਹਾ ਪਲਾਨ ਕੋਈ ਨਹੀਂ ਹੈ ਤੁਹਾਨੂੰ ਮੈਂ ਤੁਹਾਡੀ ਪਲਟਨ ਨੂੰ ਇਸਤੇਮਾਲ ਜ਼ਿਆਦਾ ਨਹੀਂ ਕਰ ਸਕਦਾ ਪਰ ਮੈਨੂੰ 50 ਕ ਬੰਦੇ ਆਪਣੇ ਤਿਆਰ ਕਰਕੇ ਰੱਖਿਓ ਜੀ ਜਦੋਂ ਹੀ ਮੈਂ ਟਾਈਗਰ ਟਾਪ ਦੇ ਅਗਰ ਮੈਂ ਕਬਜ਼ਾ ਕਰਨ ਸਫਲ ਹੋ ਸਕਿਆ ਹਮਮ 18 ਗ੍ਰੇਨੀਡਰ ਦੇ ਨਾਲ ਤੇ ਮੈਂ ਤੁਹਾਨੂੰ ਕੋਡਵਰਡ ਬਾਜਵਾ ਬਾਜ ਦਵਾਗਾ ਜਦ ਤੱਕ ਤੁਸੀਂ ਇਹ ਰਿਲੀਜ਼ ਕਰੋਗੇ ਉਹ ਤੁਸੀਂ ਜਾ ਕੇ ਇੱਕ ਦੋ ਸਨ ਪੋਸਟਾਂ ਇੰਡੀਆ ਗੇਟ ਤੇ ਹਲਮਟ ਅਸੀਂ ਨਾਮ ਰੱਖਿਆ ਹੁੰਦੇ ਸੀ ਪੋਸਟਾਂ ਦੇ ਜਿਨ੍ਹਾਂ ਚ ਪਹਿਲਾਂ ਵੀ ਉਹ ਜੂ ਚੁੱਕੇ ਸੀ ਉਹ ਪਛਮੀ ਸਰਹੱਦ ਉੱਤੇ ਸਨ ਸਾਈਡ ਲਾਈਨ ਤੇ ਜਿਹੜੀ ਕਿ 487 ਨੂੰ ਜੁਆਇਨ ਕਰਦੀ ਜੀ ਉੱਥੇ ਜਾ ਕੇ ਤੁਸੀਂ ਕਬਜ਼ਾ ਕਰੋਗੇ ਉਹ ਪਲਾਨ ਤੁਸੀਂ ਬਣਾ ਕੇ ਰੱਖੋ ਮੁੰਡੇ ਛਾਂਡ ਕਰਕੇ ਰੱਖੋ ਜਿਹੜੀ ਗਾਤਕ ਪਲਟੂਨ ਹੈ ਅਸੀਂ ਕਮਾਂਡੋ ਪਲਟੂਨ ਗਾਤਕ ਪਲਟੂਨ ਕਹਿੰਦੇ ਆ ਆਪਣੀ ਲੈਂਗੁਏਜ ਔਰ ਦੂਸਰੇ ਪਾਸੇ ਮੈਂ ਕਲ ਕੋਸ਼ਾਲ ਠਾਕਰ 18 ਗ੍ਰੇਡ ਦੇ ਸੀਓ ਨੂੰ ਬੁਲਾਇਆ ਮੈਂ ਕਿਹਾ ਤੁਸੀਂ ਵੀ ਨੁਕਸਾਨ ਆਪਣਾ ਬਹੁਤ ਕਰਾ ਕੇ ਬੈਠੇ ਹੋ ਇਹ ਟੋਲਰ ਲਿੰਗ ਦੀ ਲੜਾਈ ਦੇ ਵਿੱਚ ਅੱਜ ਸਾਨੂੰ ਤੋੜ ਲਈ ਇੱਕ ਟੈਸਟਿੰਗ ਹੈਗੀ ਏ ਔਰ ਮੈਚ ਹੋਣਾ ਕਿ ਮੈਂ ਤੁਹਾਨੂੰ ਟੌਪ ਦੇ ਉੱਤੇ ਪਹੁੰਚਾਉਣਾ ਹੈ ਔਰ ਟਾਈਗਰ ਹਿੱਲ ਟੌਪ ਨੂੰ ਕੈਪਚਰ ਕਰਨਾ ਸੀ 3 ਤਰੀਕ ਰਾਤ ਨੂੰ ਤੁਹਾਡਾ ਆਚਾਰ ਹੋਏਗਾ ਤੇ 4 ਨੂੰ ਸਵੇਰੇ ਤੁਸੀਂ ਕੈਪਚਰ ਕਰੋਗੇ 4 ਜੁਲਾਈ ਨੂੰ ਜੀ ਜੀ ਉਹਨਾਂ ਦਾ ਜੀ ਟਾਸਕ ਬੜਾ ਕਠਿਨ ਹੈ ਕਿਉਂ ਜੋ ਉਚਾਈ ਸਿੱਧੀ ਹੈ ਸ਼ੀਰ ਕਲਿਫ ਹੈ ਮੈਂ ਉਹਨਾਂ ਨੂੰ ਹੌਸ ਤੋਂ ਹੌਸ ਸਾਨੂੰ ਇਹ ਕਹਿੰਦੇ ਹਾਈ ਐਲਟੀਟਿਊਡ ਆਫ ਅ ਸਕੂਲ ਹੈ ਉਥੋਂ ਇੱਕ ਟੀਮ ਜੀਸੀਓ ਤੇ ਤਿੰਨ ਜੇ ਜੋ ਐਨਸੀਓ ਬੁਲਾਏ ਰਸੇ ਦੇ ਕੇ ਇੱਕ ਲਕਸ਼ਯ ਮੂਏ ਬਣਾਈਏ ਹਿੰਦੀ ਦੀ ਉਹ ਸਾਰੀ ਇਹਦੇ ਤੇ ਆਧਾਰਿਤ ਹੈ ਜੀ ਔਰ ਬਾਈ ਚਾਂਸ ਅਮਦਾ ਬਚਨੇ ਵੀ ਮੇਰਾ ਖਾ ਅਡਰੈਸ ਮੇਰੀ ਪੰਜਾਬ ਰਜiment ਦੀ ਮੈਂ ਕਹਾ ਸੀ ਉਹ ਹੀ ਅਡਰੈਸ ਪਾਈ ਹੈ ਹਮ ਹਮ ਮੈਂ ਉਸ ਪਿਕਚਰ ਦਾ ਨਾਮ ਵਾਲਾ ਨਹੀਂ ਜਾਂਦਾ ਹੋਇਆ ਸਿਰਫ ਤੁਹਾਨੂੰ ਇੱਕ ਦੱਸਣਾ ਚਾਹੁੰਨਾ ਮੈਂ ਕਿ ਉਸ ਕਲਿਫ ਨੂੰ ਚੜਨ ਲਈ ਫਿਰ ਮੈਂ ਇੱਕ ਚੂਸ ਕੀਤੇ ਉਹਨਾਂ ਦੀ ਗਾਤਿਕ ਪਲਟੂ ਜਿਹਦਾ ਨੇਤ੍ਰਪ ਕਰ ਰਹੇ ਸੀ ਅਗਵਾਈ ਕਰ ਰਹੇ ਸਨ ਉਹਨਾਂ ਦੇ ਯੰਗ 3 ਮਹੀਨਿਆਂ ਦੀ ਸਰਵਿਸ ਦਾ ਲੈਫਟਿਨੈਂਟ ਬਲਵਾਨ ਸਿੰਘ ਔਰ ਉਹਨਾਂ ਨਾਲ ਯੁਗਿੰਦਰ ਯਾਦਵ ਜਿਹਨੂੰ ਬਾਅਦ ਵਿੱਚ ਕਪਰਮੀਰ ਚੱਕਰ ਮਿਲਿਆ ਹਵਾਲਦਾਰ ਮਦਨ ਲਾਲ ਜੀ ਇਹਨਾਂ ਸਾਰਨੋ ਔਰ ਉਸਦੇ ਪਿੱਛੇ ਇੱਕ ਡਲਟਾ ਕੰਪਨੀ ਉਹਨਾਂ ਦੀ ਸੀ ਜਿਹੜੀ ਕਿ ਉਹਨਾਂ ਮੈਂ ਕਿਹਾ ਵੀ ਇਹ ਚੀਜ਼ਾਂ ਔਰ ਬਾਕੀ ਕੰਪਨੀਆਂ ਨੂੰ ਲਾਇਆ ਕਿ ਜਿਹੜੀ ਵੈਸਟ ਸਾਈਡ ਤੇ ਜਾਣ ਗਿਆ ਤਜ਼ਵੀਜ਼ ਦੇ ਮਤਾਬਕ ਮੈਂ ਕਿਹਾ ਕਿ ਬਹੁਤ ਉੱਚੀ ਹੈ ਉਹ ਜੋ ਟਾਈਗਰ ਹਿੱਲ ਦੀ ਉਚਾਈ 16700 ਤੇ ਅਸੀਂ ਸੜਕ ਤੋਂ ਚੱਲਣਾ ਸੀ ਸੋ ਮੈਂ ਪਹਿਲੀ ਤਰੀਕ ਤੋਂ ਪਹਿਲੀ ਜੁਲਾਈ ਤੋਂ ਹੀ ਉਹਨਾਂ ਨੂੰ ਪੀਸ ਬੀਲ ਹੌਲੀ ਹੌਲੀ ਅੱਗੇ ਅੱਗੇ ਜਾਣਾ ਸ਼ੁਰੂ ਕਰ ਦਿੱਤਾ ਜੀ ਔਰ ਪਹਿਲੀ ਰਾਤ ਪਹਿਲੀ ਨੂੰ ਉਹਨਾਂ ਨੇ ਸਾਰਾ ਮਿਨੀਸ਼ਨ ਲਿਆ ਕੇ ਡੰਪ ਕਰਕੇ ਅੱਗੇ ਵਧਣਾ ਸ਼ੁਰੂ ਕੀਤਾ ਦੋ ਰਾਤ ਨੂੰ ਉਹ ਰੈਸਟ ਸੈਂਟਰ ਚ ਪੜਾਉ ਕੀਤਾ ਤਿੰਨ ਰਾਤ ਨੂੰ ਉਹ ਹਜ਼ਾਰ ਉੱਤੇ ਗੱਦ ਨੀਚੇ ਰਹਿ ਗਏ ਜਿੱਥੇ ਕਿ ਉਹ ਆਸਾਨੀ ਨਾਲ ਆਸਾਨੀ ਨਾਲ ਨਹੀਂ ਕਠਨ ਸੀ ਪਰ ਜਾ ਸਕਦੇ ਸੀ ਉਹਨਾਂ ਦੇ ਵਿਦਨ ਬੀਚ ਸੀ ਕਿ ਜਾ ਕੇ ਅਟੈਕ ਕਰ ਸਕਣ ਜੀ ਇਹ ਆਪਣੇ ਆਪ ਚ ਇੱਕ ਅਲੱਗ ਅਟੈਕ ਸੀ ਦੂਸਰਾ ਗੁਰਪ੍ਰੀਤ ਜੀ ਮੈਂ ਇੱਕ ਦੱਸਣਾ ਚਾਹਾਂ ਕਿ ਅਟਲਰੀ ਨੇ ਸਾਡੀ ਜਿਹਨੂੰ ਤੂਪਖਾਨਾ ਕਹਿੰਦੇ ਨੇ ਜੀ ਜੀ ਉਹਨੇ ਇਸ ਵਾਰ ਦੇ ਵਿੱਚ ਸਾਰੀ ਵਾਰਚ ਖਾਸ ਤੌਰ ਤੇ ਮੈਂ ਟਾਈਗਰ ਹਿੱਲ ਦਾ ਜ਼ਿਕਰ ਕਰਨਾ ਚਾਹਣਾ ਬਹੁਤ ਹੀ ਐਮ ਰੋਲ ਅਦਾ ਕੀਤਾ ਜੀ ਔਰ ਫਿਰ ਮੇਰੀ ਕੁਸ਼ਕਿਸਮਤੀ ਕਿ ਜੋ ਉਹਨਾਂ ਦਾ ਕਮਾਂਡਰ ਸੀ ਸੀਆਰਟੀ ਬ੍ਰਿਗੇਡিয়ার ਲਖਵਿੰਦਰ ਸਿੰਘ ਉਹ ਵੀ ਮੇਰੇ ਸਕੂਲ ਦਾ ਹੀ ਸੀ ਚੈਨ ਸਕੂਲ ਦਾ ਮੈਂ ਆਖਿਆ ਲਖਵਿੰਦਰ ਮੈਨੂੰ ਚਾਹੀਦਾ ਹੈ ਡਾਰਕ ਫਾਇਰ ਕਰਕੇ ਔਰ ਮੈਨੂੰ ਜਿੰਨੀਆਂ ਵੀ ਮੈਕਸਮਮ ਫਾਇਰ ਯੂਨਿਟਸ ਫਾਇਰ ਯੂਨਿਟਸ ਕਹਿੰਦੇ ਆ ਸੀ ਉਹਨੂੰ ਜਿਹੜੀਆਂ ਇੱਕ ਸਾੜੀ ਅਟਲੀ ਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਹੁੰਦੀਆਂ ਫੀਲਡ ਨੇ ਦੂਸਰੀਆਂ ਨੇ ਮਲਟੀ ਬੈਰਲ ਨੇ ਸਭ ਮਿਲਾ ਕੇ ਮੈਨੂੰ ਕਿੰਨੀਆਂ 5 ਯੂਨਿਟਸ ਦੋ ਦੇ ਸਕਦੇ ਜੀ ਕਰ ਉਹਨੇ 22 5 ਯੂਨਿਟ ਮੇਰੇ ਵਾਸਤੇ ਕੀਤਾ ਜੋ ਕਿ ਜੀਓਸੀ ਸਾਹਿਬ ਨੇ ਅਪਰੂਵ ਕਰਤੀਆਂ ਮੈਂ ਕਹ ਤੂੰ 45 ਮਿੰਟ ਜਾਂ 40 ਮਿੰਟ ਪਹਿਲਾਂ ਇਸ ਨੂੰ ਟਾਈਗਰ ਹਿੱਲ ਨੂੰ ਸਿੱਧੇ ਤੋਂ ਸਿੱਧਾ ਪੂਰੇ ਦੇ ਪੂਰੇ ਨੂੰ ਜਿੰਨਾ ਤੂੰ ਫਾਇਰ ਕਰ ਸਕਵੇਂ ਇਹਨੂੰ 40 ਮਿੰਟ ਦੇ ਵਿੱਚ ਇਹਨਾਂ ਨੂੰ ਪੂਰ ਪਨਿਸ਼ ਕਰ ਔਰ ਡਾਇਰੈਕਟ ਫਾਇਰ ਕਰਕੇ ਬਹੁਫਜ਼ਦਾ ਜੀ ਇੱਕ ਬਹੁਤ ਹੀ ਉਮਦਾ ਫਾਇਰ ਜੋ ਸ਼ੁਰੂ ਹੋਇਆ ਡਾਇਰੈਕਟ ਬਹੁਤ ਸਦਾ ਫਾਇਰ ਉਹ ਮੇਰੇ ਖਾ ਟੀਵੀ ਤੇ ਵੀ ਬਾਈ ਚਾਂਸ ਆਇਆ ਬਾਈ ਚਾਂਸ ਸੀ ਰਿਪੋਰਟਰਸ ਕੁਝ ਮੀਡੀਆ ਦੇ ਸਾਨਕ ਜੋ ਕਿ ਸਾਨੂੰ ਬਾਅਦ ਚ ਪਤਾ ਲੱਗਾ ਕਿ ਸਾਨੂੰ ਚਲਦੀ ਲੜਾਈ ਦੇ ਵਿੱਚ ਉਹਨਾਂ ਨੂੰ ਰਿਪੋਰਟਿੰਗ ਨਹੀਂ ਕਰਨੀ ਚਾਹੀਦੀ ਕਿਉਂ ਜੋ ਉਸ ਸਮੇਂ ਬਰਖਾ ਦਾ ਇਹ ਟੀਵੀ ਤੇ ਰਿਪੋਰਟ ਹੋ ਰਹੀ ਸੀ ਔਰ ਅਚਾਨਕ ਸਾਨੂੰ ਮੈਸੇਜ ਆ ਗਿਆ ਕੋਕੋਮਾਂਡਰ ਦਾ ਕਿ ਸਾਰਾ ਟੀਵੀ ਤੇ ਆ ਰਿਹਾ ਤੁਹਾਡਾ ਜੋ ਫਾਇਰਿੰਗ ਆ ਰਹੀ ਹੈ ਉੱਤੇ ਟਾਈਗਰ ਹਿਲਤੇ ਇਹ ਲੜਾਈ ਇਸ ਕਰਕੇ ਵੀ ਲੱਗ ਸੀ ਕਿਉਂ ਜੋ ਸਾਰੇ ਘਰ ਘਰ ਚ ਲੜਾਈ ਡਰਾਈਂਗ ਰੂਮ ਚ ਵੇਖੀ ਜਾ ਰਹੀ ਸੀ ਬਿਕੋਜ਼ ਆਫ ਮੀਡੀਆ ਇਹ ਲੜਾਈ ਇਸ ਕਰਕੇ ਵੀ ਲੱਗ ਸੀ ਕਿ ਇੱਕ ਹੀ ਸੈਕਟਰ ਚ ਲੜੀ ਗਈ ਇਹ ਲੜਾਈ ਇਸ ਕਰਕੇ ਵੀ ਲੱਗ ਸੀ ਕਿ ਪਹਿਲੀ ਲੜਾਈ ਸੀ ਜਦੋਂ ਕਿ ਹਰ ਇੱਕ ਬੋਡੀ ਜੋ ਜਵਾਨ ਸ਼ਹੀਦ ਹੋ ਗਿਆ ਜੋ ਅਫਸਰ ਸ਼ਹੀਦ ਹੋ ਗਿਆ ਜੈਸੀਓ ਸ਼ਹੀਦ ਉਹਨਾਂ ਦੀ ਬੋਡੀ ਸਤਕਾਰ ਦੇ ਨਾਲ ਤਿਰੰਗੇ ਚ ਲਪੇਟ ਕੇ ਉਹਨਾਂ ਦੇ ਘਰ ਤੱਕ ਪਹੁੰਚਾਈ ਗਈ ਜਦੋਂ ਕਿ 71 ਤੱਕ ਲੜਾਈ ਤੱਕ ਕੋਈ ਵੀ ਬੋਡੀ ਵਾਪਸ ਨਹੀਂ ਸੀ ਜਾਂਦੀ ਜੀ ਜੀ ਖੈਰ 4 ਜੁਲਾਈ ਨੂੰ 4 ਵਜੇ ਸਵੇਰੇ ਮੇਰੀ ਜੋ ਘਾਤਕ ਪਟੂਨ 18 ਗ੍ਰੇਡਿਸ ਨੇ ਕਬਜ਼ਾ ਕਰ ਲਿਆ ਉੱਪਰ ਟਾਈਗਰ ਹਿੱਲ ਤੇ ਟੌਪ ਤੇ ਜਦੋਂ ਇਹ ਫੋਰਟ ਹਿਲ ਤੇ ਕਬਜ਼ਾ ਕੀਤਾ ਮੈਂ ਜੀਓਸੀ ਨੂੰ ਇਨਫੋਰਮ ਕੀਤਾ ਜੀਓਸੀ ਨੂੰ ਮੈਂ ਕਿਹਾ ਕਿ ਲੜਾਈ ਚੱਲ ਰਹੀ ਸਰ ਅੱਗੇ ਕਿਸੇ ਨੂੰ ਦੱਸਿਓ ਨਾ ਪਰ ਉਹ ਜਿਵੇਂ ਚਲਦੀ ਹੁੰਦੀ ਐਕਸਾਈਟਮੈਂਟ ਦੇ ਵਿੱਚ ਉਹਨਾਂ ਨੇ ਉਹ ਗੱਲ ਪਹੁੰਚਦੀ ਪਹੁੰਚਦੀ ਅਖੀਰ ਤੇ ਸਾਡੇ ਰਿਸਪੈਕਟਡ ਪ੍ਰਾਈਮ ਮਿਨਿਸਟਰ ਆਨਰੇਬਲ ਪ੍ਰਾਈਮ ਮਿਨਿਸਟਰ ਸ਼੍ਰੀ ਅਟਲ ਵਿਹਰੀ ਬਾਜਪਾਈ ਜੀ ਨੇ 9 ਵਜੇ ਹਰਿਆਣੇ ਦੀ ਪਬਲਿਕ ਮੀਟਿੰਗ ਅਨਾਉਂਸ ਕਰ ਦਿੱਤਾ ਕਿ ਆਮ ਨੇ ਟਾਈਗਰ ਹਿੱਲ ਪਰ ਕਬਜ਼ਾ ਕਰ ਲਿਆ ਹੈ ਇੱਕ ਬਹੁਤ ਐਮ ਸੀ ਆਬਜੈਕਟਿਵ ਜਿਹੜਾ ਕਿ ਨਿਵਾਸ ਸ਼ੀਫ ਨੂੰ ਪਤਾ ਲੱਗਾ ਤਾਂ ਉਹ ਨਵਸ਼ਰਫ ਨੂੰ ਕਿਹਾ ਕਿ ਕਿਵੇਂ ਹੋ ਗਿਆ ਕਿਸੇ ਵੀ ਹਾਲ ਚ ਇਹਨੂੰ ਵਾਪਸ ਲਾਓ ਇੰਨੇ ਦਿਨ ਨੂੰ ਮੈਂ 8 ਸਿੱਖ ਨੂੰ 50 ਬੰਦਿਆਂ ਨੂੰ ਉੱਪਰ ਚੜਾਤਾ ਜਿੱਚ ਇੱਕ ਦੋ ਅਫਸਰ 4 JSO ਤੇ 46 ਜਵਾਨ ਸਨ ਇਹਨਾਂ ਨੂੰ ਜਾ ਕੇ ਉਸ ਦੋ ਪਿਕਟਾਂ ਦੇ ਉੱਤੇ ਜਿਹੜੀਆਂ ਮੈਂ ਕਿਹਾ ਸੀ ਪੋਸਟਾਂ ਇੰਡੀਆ ਗੇਟ ਤੇ ਹੈਮਲੇਟ ਤੇ ਕਬਜ਼ਾ ਕਰ ਲਿਆ ਜੀ ਇਸ ਕਬਜ਼ੇ ਤੋਂ ਬਾਅਦ ਜੋ ਲੜਾਈ ਸ਼ੁਰੂ ਹੋਈ ਉਧਰੋਂ 18 ਗ੍ਰੇਡੀਡ ਲੜ ਰਹੀ ਸੀ ਉੱਪਰ ਟੌਪ ਤੇ ਇਧਰ 18 8 ਸਿੱਖ ਨੂੰ ਪਹਿਲਾ ਦਿਨ 5 ਨੂੰ ਅਟੈਕ ਨਹੀਂ ਆਇਆ 6 ਨੂੰ ਸਵੇਰੇ ਬਹੁਤ ਹੀ ਸਖਤ ਅਟੈਕ 4875 ਨਾਲ ਦੇ ਫੀਚਰ ਤੋਂ ਆਇਆ ਜਿਹਦੀ ਅਗਵਾਈ ਕਰ ਰਿਹਾ ਸੀ ਇੱਕ ਜਵਾਨ ਜਿਹਾ ਲੜਕਾ ਜਿਹੜਾ ਟਰੈਕ ਸੂਟ ਚ ਸੀ ਕਿਉਂਕਿ ਜੋ ਮੈਸੀਓ ਕੋ ਅਜ਼ਾਸਤ ਲਈ ਸੀ ਕਿ ਮੈਂ ਇੰਟਰਵਿਊ ਇਨ ਕਰ ਸਕਦਾ ਵਾਂ ਔਰ ਡਾਇਰੈਕਟ ਗਰਸ ਕਰ ਸਕਦਾ ਵਾਂ ਉਹ ਮੇਜਰ ਪਰਮਾਰ ਨਾਲ ਲੈਫਟੇ ਸ਼ਰਾਵਤ ਨਾਲ ਤੇ ਸੁਭਦ ਅਨਮਲ ਸਿੰਘ ਸਾਹਿਬ ਇਹਨਾਂ ਨਾਲ ਮੈਂ ਗੱਲ ਕੀਤੀ ਉਹਨਾਂ ਕਿਹਾ ਜੀ ਸਰ ਜਵਾਨ ਇੱਕ ਲੜਕਾ ਹੈਗਾ ਟਰੈਕ ਸੂਟ ਚ ਇਹੇ ਜਾ ਕੇ ਦੁਬਾਰਾ ਤਿੰਨ ਵਾਰੀ ਦੋ ਵਾਰੀ ਅਟੈਕ ਅਸੀਂ ਇਹਨਾਂ ਨੂੰ ਪਿੱਛੇ ਕਰਤਾ ਪਰ ਦੁਬਾਰਾ ਇਹਨਾਂ ਨੂੰ ਮੋਟੀਵੇਟ ਕਰਕੇ ਲੈ ਆਂਦਾ ਅਗੇ ਅੱਛਾ ਜੀ ਮੈਂ ਕਿਹਾ ਠੀਕ ਹੈ ਦੂਸੀ ਵਾਰ ਫੇਰ ਅੱਗੇ ਆ ਗਿਆ ਇੱਥੋਂ ਤੱਕ ਇਹ ਹੈਲਮਟ ਤੋਂ ਸਾਨੂੰ ਤੱਕ ਕੇ ਪਿੱਛੇ ਇੰਡੀਆ ਗੇਟ ਤੱਕ ਲਿਆ ਮੈਂ ਆਖਿਆ ਵੀ ਹੁਣ ਇਹ ਅਣਖ ਦਾ ਜਵਾਬ ਸਵਾਲ ਹੈ ਕਿਉਂ ਉਧਰੋਂ ਲੜਾਈ ਚੱਲ ਰਹੀ ਹੈ 18 ਗ੍ਰੇਡੀਅਸ ਦੀ ਟੌਪ ਤੇ ਇਧਰੋਂ ਤੁਸੀਂ ਇੰਡੀਆ ਗੇਟ ਨਹੀਂ ਛੱਡਣਾ ਜਿਹੜੀ ਇਹ ਪੋਸਟ ਹੈ ਇੰਡੀਆ ਗੇਟ ਇਹ ਨਹੀਂ ਛੱਡਣਾ ਇਹ ਤੁਹਾਡਾ ਹੁਣ ਇੱਥੇ ਜਵਾਬਾ ਤੁਹਾਡਾ ਜਵਾਬ ਦੇਗਾ ਔਰ ਗੁਰਪ੍ਰੀਤ ਜੀ ਤੁਸੀਂ ਹੈਰਾਨ ਹੋਗੇ ਕਿ ਜੋ ਲੜਾਈ ਇੱਕ ਸਾਰਾ ਘੜੀ ਜਿਤਨਾ ਉਹਨਾਂ ਪ੍ਰੋਡਿਊਸ ਹੋ ਗਈ ਉਥੇ ਇੱਕ ਹੱਥ ਹੈਂਡ ਟੂ ਹੈਂਡ ਤੇ ਗੁੱਥਮ ਗੁੱਥਾ ਲੜਾਈ ਹੋਈ ਜੇ ਤੇ ਅਖੀਰ ਦੇ ਉੱਤੇ ਇੱਕ ਸਪਾਈ ਸਤਪਾਲ ਸਿੰਘ ਸੀ ਜਿਹੜਾ ਕਿ ਜ਼ਖਮੀ ਹੋਇਆ ਸੀ ਦੋ ਤਿੰਨ ਵਾਰੀ ਪਰ ਉਹਨੂੰ ਮੈਂ ਕਿਹਾ ਕਿਸੇ ਤਰੀਕੇ ਨਾਲ ਸਾਹਬ ਇਹਨੂੰ ਕਹੋ ਇਹ ਜਿਹੜਾ ਸ਼ੂਟ ਕਰੇ ਇਹ ਸਟਕੇ ਨੂੰ ਮਾਰੇ ਜਿਹੜਾ ਜਵਾਨ ਜਿਹੜਾ ਟਰੈਕ SUIT ਚ ਹੈ ਜਦੋਂ ਹੀ ਉਹਨੇ ਤਿੰਨ ਬੰਦੇ ਹੋਰ ਨੂੰ ਮਾਰਿਆ ਬੈਰੰਟ ਲਗਾ ਕੇ ਔਰ ਇਹਨੂੰ ਮਾਰਿਆ 10 ਅਗਸਤ ਨੂੰ ਉਸ ਤੋਂ ਬਾਅਦ ਹੀ ਸਾਰੇ ਪਿੱਛੇ ਨੂੰ ਭੱਜ ਗਏ ਇੱਕ ਸਾਡੀ ਬਹੁਤ ਵੱਡੀ ਜਿੱਤ ਸੀ ਉਦੋਂ 18 ਗ੍ਰੇਡੀਅਰ ਨੇ ਅਗਲੇ ਦਿਨ ਨੈਕਸਟ ਮਾਰਨਿੰਗ ਉਸ ਸ਼ਾਮ ਤੱਕ ਕਬਜ਼ਾ ਕਰ ਲਿਆ ਸੀ ਟਾਈਗਰ ਹਿੱਲ ਨੂੰ ਫਤਿਹ ਕਰ ਲਿਆ ਟਾਈਗਰ ਹਿੱਲ ਖਫਤੇ ਕਰਨ ਤੋਂ ਬਾਅਦ ਮੇਰੇ ਹਮੇਸ਼ਾ ਦਿਮਾਗ ਦੇ ਵਿੱਚ ਅਸੀਂ 30 ਬਾਡੀਜ਼ ਏਡੀਆਂ ਉਹਨਾਂ ਦੀਆਂ ਪਾਕਿਸਤਾਨੀ ਦੀਆਂ ਬੜੇ ਅਦਬ ਦੇ ਨਾਲ ਉੱਥੇ ਦਫਨਾਈਆਂ ਔਰ ਇੱਕ ਬਾਡੀ ਲਈ ਮੈਂ ਕਿਹਾ ਕਿ ਉਹ ਜਵਾਨ ਜਿਹੜਾ ਲੜਕਾ ਟਰੈਕਸੂਟ 'ਚ ਮੈਂ ਜੀਓਸੀ ਨੂੰ ਕਿਹਾ ਮੈਨੂੰ ਲੱਗਦਾ ਕਿ ਅਫਸਰ ਹੈ ਨੇ ਤਾਂ ਟਰੈਕਸੂਟ ਜਿਹੜਾ ਪਾਇਆ ਬਾਕੀ ਨੇ ਕਾਲੇ ਕੁਰਤੇ ਪਜਾਮੇ ਪਾਏ ਨੇ ਇਹ ਜ਼ੂਰ ਅਫਸਰ ਹੋਏਗਾ ਮੈਂ ਇਹਦੀ ਬੋਡੀ نیچے ਮਗਾਉਣਾ ਚਾਹੁੰਦਾ ਜੀ ਮੈਂ ਸਿਵਲ ਇਨਪੋਰਟਰ ਮੰਗਵਾ ਕੇ ਤੇ ਬੋਡੀ نیچے ਮਗਵਾਈ ਉਹਨਾਂ ਦੇ ਜੇਬਾਂ ਚ ਜਿਹੜਾ ਲੈਟਰਸ ਕੱਢੇ ਗਏ ਉਹਦੀ ਬੇਗਮ ਦੇ ਉਹਦੇ ਵਾਲਦ ਦੇ ਉਹਨਾਂ ਚ ਲਿਖਿਆ ਪਿਆ ਸੀ ਕਿ ਕੈਪਟਨ ਕਰਨਲ ਸ਼ੇਰ ਖਾਨ 12 ਐਨ ਐਲ ਆਈ ਨਦਰਨ ਲਾਈਟਨ ਫੈਕਟਰੀ ਕੈਪਟਨਰ ਨਾਲ ਸ਼ੇਰਖਾਂ ਜਿਵੇਂ ਅਸੀਂ ਕਰਨੈਲ ਸਿੰਘ ਜਰਨੈਲ ਸਿੰਘ ਨਾਂ ਰੱਖਨੇ ਆ ਵੀ ਇਹ ਵੱਡਾ ਹੋਟ ਕੇ ਜਰਨੈਲ ਬਣੇਗਾ ਉਤਨਾ ਕੋ ਨਾਮ ਰੱਖਿਆ ਸੀ ਕਰਨੈਲ ਸ਼ੇਰਖਾਂ ਜੀ ਕੈਪਟਨਸੀ ਵੈਸੇ ਉਹ ਇਹ ਬੜੀ ਕਈ ਵਾਰ ਗਲਤੀ ਲੱਗ ਜਾਂਦੀ ਹੈ ਕਰਨੈਲ ਸੀ ਕਿ ਜਾਂ ਕੈਪਟਨਸੀ ਉਸ ਬੋਡੀ ਨੂੰ ਮੈਂ ਆਖਿਆ ਵੀ ਇਹ ਇਹਨੂੰ ਵਾਪਸ ਭੇਜਣਾ ਦਿੱਲੀ ਦੇ ਥਰੂ ਹਮ ਅਚਾਨਕ ਮੇਰੇ ਖਿਆਲ ਆਇਆ ਦਿਲ ਚ ਵੀ ਇਸ ਆਦਮੀ ਨੇ ਫਿਰ ਵੀ ਬਹੁਤ ਅਫਸਰ ਨੇ ਬਰਾਦੀ ਨਾਲ ਲੜਿਆ ਜੀ ਮੈਂ ਅਚਾਨਕ ਪੈਨ ਕੱਢਿਆ ਪੇਪਰ ਕੱਢਿਆ ਔਰ ਉਹਦੇ ਤੇ ਲਿਖਿਆ ਕਿ ਕੈਪਟਨ ਕਰਨਲ ਸ਼ੇਰ ਖਾਨ ਆਫ 12 NI ਹੈਜ਼ ਫੌਟ ਵੈਰੀ ਬਰੇਵਲੀ ਐਂਡ ਹੀ ਮਸਟ ਬੀ ਗਿਵਨ ਹਿਸ ਡਿਊ ਰੈਕਗਨੀਸ਼ਨ ਇਹਨਾਂ ਲਿਖ ਕੇ ਮੈਂ ਉਹਦੀ ਜੇਬ ਚ ਪਾਤਾ ਉਹਦੀ ਬੋਡੀ ਦੀ ਜੇਬ ਜਾਨੀ ਕਿ ਜਿਹੜਾ ਪਾਕਿਸਤਾਨੀ ਅਫਸਰ ਸੀ ਉਹਦੀ ਬੋਡੀ ਪਾਕਿਸਤਾਨ ਦਾ ਅਫਸਰ ਸੀ ਜਿਹੜਾ ਸੀ ਕਰਨਲ ਸ਼ੇਰ ਖਾ ਕੈਪਟਨ ਕਰਨਲ ਸ਼ਾ ਉਹਦੀ ਬੋਡੀ ਚ ਉਹਦੀ ਜੇਬ ਚ ਪਾਤਾ ਜੀ ਜੀ ਅੱਜ ਮੈਨੂੰ ਇਸ ਚੀਜ਼ ਦਾ ਬਹੁਤ ਮਾਣ ਹੈ ਕਿ ਉਸ ਅਫਸਰ ਨੂੰ ਕੈਪਟਨ ਕਰਨਲ ਸ਼ੇਰ ਖਾਨ ਨੂੰ ਪਾਕਿਸਤਾਨ ਦਾ ਸਭ ਤੋਂ ਵੱਡਾ ਨਵਾਜ਼ ਦਿੱਤਾ ਉਹਨਾਂ ਨੇ ਨਿਸ਼ਾਨੇ ਹੈਦਰ ਜ ਨੂੰ ਕਹਿੰਦੇ ਜਿਵੇਂ ਸਾਡਾ ਪਰਮਵੀਰ ਚੱਕਰ ਹੈ ਉਹਨੂੰ ਮਿਲਿਆ ਔਰ ਗੁਰਪ੍ਰੀਤ ਜੀ ਇਸ ਮੈਂ ਜ਼ਿਕਰ ਕਰਨਾ ਜ਼ਰੂਰ ਚਾਹਾਂਗਾ ਕਿ ਇੱਕ ਹੀ ਪੈਟਲ 'ਚ ਇੱਕ ਹੀ ਕਮਾਂਡਰ ਨਾਲ ਮੇਰੇ ਜਵਾਨ ਨਾਲ ਜਿਹੜਾ ਕਿ ਟੈਗਰ ਹਿੱਲ ਦੇ ਉੱਤੇ ਕਬਜ਼ਾ ਉੱਤੇ ਕੀਤਾ ਸੀ ਪਰਮਵੀਰ ਚੱਕਰ ਗ੍ਰਨੇਡੀਅਰ ਯੋਗਿੰਦਰ ਯਾਦਵ ਨੂੰ ਮਿਲਿਆ ਔਰ ਮੇਰੀ ਰეკਮੈਂਡੇਸ਼ਨ ਨਾਲ ਦੂਸਰੇ ਪਾਸੇ ਮੇਰੇ ਹੀ ਦੁਸ਼ਮਣ ਨੂੰ ਪਾਕਿਸਤਾਨ ਦੇ ਕੈਪਟਨ ਕਨਾਲ ਸ਼ੇਰ ਖਾਨ ਨੂੰ ਨਿਸ਼ਾਨੇ ਹੈਦਰ ਮਿਲਿਆ ਇੱਕ ਮੇਰੇ ਲਈ ਬਹੁਤ ਮਾਣ ਦੀ ਗੱਲ ਹੈ ਗੋ ਬਾਚ ਉਹਨਾਂ ਦੇ ਵਾਲਦ ਦਾ ਲੈਟਰ ਵੀ ਆਇਆ ਸਾਡੀ ਇੰਡੀਅਨ ਆਰਮੀ ਨੂੰ ਕਿ ਮੈਂ ਬਹੁਤ ਸਾਰਾ ਦਾ ਸ਼ੁਕਰਗੁਜ਼ਾਰ ਹਾਂ ਕਿ ਤੁਹਾਡੇ ਮੇਰੇ ਦੁਸ਼ਮਣ ਹੋਣ ਦੇ ਬਾਵਜੂਦ ਵੀ ਮੇਰੇ ਬੇਟੇ ਤੁਸੀਂ ਇਹ ਸਮਝਿਆ ਕਾਬਿਲ ਕਿ ਉਹ ਬਾਜ਼ੀ ਨਾਲ ਲੜਿਆ ਜੀ 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 ਮੈਂ ਗਲਤ ਨਹੀਂ ਤੇ ਇਸ ਚੀਜ਼ ਦਾ ਜ਼ਿਕਰ ਯੂਨੋ ਦੇ ਵਿੱਚ ਵੀ ਹੋਇਆ ਸੀ ਕਿ ਵੀ ਇਹ ਇੱਕ ਐਸੀ ਉਦਾਹਰਣ ਪੇਸ਼ ਕਰ ਦਿੱਤੀ ਗਈ ਕਿ ਆਪਣਾ ਜਿਹੜਾ ਦੁਸ਼ਮਣ ਹੈ ਉਹਦੀ ਬਹਾਦਰੀ ਨੂੰ ਰੈਕਗਨਾਈਜ਼ ਕੀਤਾ ਤੁਸੀਂ ਕਿ ਯਾਰ ਕਮਾਲ ਦਾ ਬੰਦਾ ਸੀ ਦੋ ਚੀਜ਼ਾਂ ਦੇ ਵਿੱਚ ਯੂਐਨਸੂ ਜ਼ਿਕਰ ਹੋਇਆ ਇੱਕ ਇਹ ਤੇ ਨੈਕਸਟ ਆਪਰੇਸ਼ਨ ਸੀ ਮੇਰਾ ਜਿੱਥੇ ਕਿ ਮੈਂ ਬਾਡੀਆਂਜ਼ ਵਾਪਸ ਕੀਤੀਆਂ ਸੀ ਬੈਟਲਫੀਲਡ ਦੇ ਵਿੱਚ ਇੱਕ ਕਲਮ ਮੁਸਤਫਾ ਦੀਆਂ 19 ਫਰੰਟੀਅਰ ਫੋਰਸ ਜਿਹੜੀ ਇੱਕ ਰੈਗੂਲਰ ਆਮ ਆਦਮੀ ਦੀ 22 ਤਰੀਕ ਦੀ ਗੱਲ ਹੈ 26 ਤੋਂ 26 ਨੂੰ ਇਹ ਵਿਜੇ ਦਿਵਸ ਮਨਾਉਣਾ ਉਸ ਦਿਨ ਲਾਸਟ ਮੇਰੀ ਲੜਾਈ ਸੀ ਇਹਨਾਂ ਦੋਹਾਂ ਚੀਜ਼ਾਂ ਦਾ ਜ਼ਿਕਰ ਜਦੋਂ ਯੂਐਨਓ ਦੇ ਵਿੱਚ ਪਹੁੰਚਿਆ ਉਹਨਾਂ ਨੇ ਇੱਕ ਲੈਟਰ ਲਿਖੀ ਗਵਰਨਮੈਂਟ ਨੂੰ ਔਰ ਬਹੁਤ ਅੱਛਾ ਅਨਨੁਕਿਆਸ ਮਹਿਸੂਸ ਕੀਤਾ ਮੈਂ ਗੁਰਪ੍ਰੀਤ ਜੀ ਦੁਬਾਰਾ ਕਹਾਗਾ ਕਿ ਜੋ ਟਾਈਮ ਹੁੰਦਾ ਜਾ ਰਿਹਾ ਕਿ ਅਬੇਸ਼ਾ ਹਿੰਦੀ ਇੱਕ ਅੰਗਰੇਜ਼ੀ ਦੀ ਕਹਾਵਤ ਹੈ ਕਿ ਨਾਥਿੰਗ ਸਕਸੀਡਸ ਲਾਈਕ ਸਕਸੈਸ ਹਮ ਹਮ ਪਰ ਮੈਂ ਕਹਾਗਾ ਸਕਸੈਸ ਕਮਸ ਟੂ ਦੋਸ ਹੂ ਐਕਟ ਐਂਡ ਬਰੇਵਲੀ ਐਕਟ ਇਟ ਸੈਲਡਮ ਗੋਸ ਟੂ ਦ ਟਿਮਿਡ ਜੀ ਸੋ ਜਿਹੜੀ ਸਕਸੈਸ ਹੈ ਇਹ ਸਾਡਾ ਸਕੂਲ ਦਾ ਮੋਟੋ ਵੀ ਸੀ ਕਿ ਸਕਸੈਸ ਕਮਸ ਟੂ ਦੋਸ ਹੂ ਡੇਰ ਐਂਡ ਐਕਟ ਇਟ ਸੈਲਡਮ ਗੋਸ ਟੂ ਦ ਟਿਮਿਡ ਸਾਡੇ ਇਸ ਲੜਾਈ ਦੇ ਵਿੱਚ ਜਵਾਨਾਂ ਦਾ ਸਾਰਿਆਂ ਦਾ ਮੈਂ ਉਹਨਾਂ ਨੂੰ ਬਹੁਤ ਬਹੁਤ ਸਲੂਟ ਕਰਦਾ ਵਾਂ ਜਿਨ੍ਹਾਂ ਕੇ ਸ਼ਹਾਦਤ ਦਿੱਤੀ ਸ਼ਹੀਦ ਹੋਏ ਮੈਂ ਉਹਨਾਂ ਦੀ ਉਹ ਮਾਵਾਂ ਨੂੰ ਉਹਨਾਂ ਦੇ ਵਲਦਾਂ ਨੂੰ ਵੀ ਸਲੂਟ ਕਰਦਾ ਵਾਂ ਜਿਨ੍ਹਾਂ ਆਪਣਾ ਬੇਟਾ ਵਾਰਿਆ ਉਹਨਾਂ ਭੈਣਾਂ ਨੂੰ ਜਿਨ੍ਹਾਂ ਆਪਣਾ ਵੀਰ ਮਾਰਿਆ ਤੇ ਉਹਨਾਂ ਦੀ ਖਾਸ ਤੌਰ ਤੇ ਉਹਨਾਂ ਨੂੰ ਵਿਧਵਾਵਾਂ ਨੂੰ ਵੀਰ ਨਾਰੀਆਂ ਨੂੰ ਜਿਨ੍ਹਾਂ ਕੇ ਆਪਣਾ ਸੁਹਾਗ ਵਾਰਿਆ ਔਰ ਮੈਂ ਸਲੂਟ ਕਰਦਾ ਵਾਂ ਜਿਨ੍ਹਾਂ ਨੇ ਇੱਕ ਲੜਾਈ ਦੇ ਵਿੱਚ ਹਿੱਸਾ ਲਿਆ ਜਿਨ੍ਹਾਂ ਲੜਾਈ ਦੇ ਵਿੱਚ ਜ਼ਖਮੀ ਹੋਣ ਦੇ ਬਾਵਜੂਦ ਇਹ ਲੜਾਈ ਨੂੰ ਫਤਿਹ ਦਾ ਰੋਪਤਾ ਕਾਸਟ ਡੌਰ ਤੇ ਯੰਗ ਆਫਸਰਸ ਤੁਸੀਂ ਗੁਰਪ੍ਰੀਤ ਜੀ ਹੈਰਾਨ ਹੋਗੇ ਕਿ ਇਸ ਲੜਾਈ ਦੇ ਦੌਰਾਨ ਸਾਡੇ 26 ਆਫਸਰ ਵੀ ਜੇਐਸਓ ਤੇ 452 ਜਵਾਨ ਸ਼ਹੀਦ ਹੋਏ ਔਰ ਜਿਹਦੇ ਚ 66 ਆਫਸਰਸ 60 ਜੇਐਸਓ ਤੇ 1085 ਜਵਾਨ ਜੋ ਜ਼ਖਮੀ ਹੋਏ ਵੇਖੋ ਆਫਸਰਾਂ ਦੀ ਗਿਣਤੀ ਯੰਗ ਆਫਸਰਸ ਦੀ ਲੜਾਈ ਸੀ ਵਿਕਰਮ ਪਤਰਾ ਵਰਗੇ ਆਫਸਰ ਮਨੋਜ ਪਾਂਡੇ ਵਰਗੇ ਆਫਸਰ ਅਨੁਜ ਦਾਇਰ ਵਰਗੇ ਆਫਸਰ ਮੇਰਾ ਖਿਆਲ ਕਿ ਮੈਂ ਆਪਣੀ ਇੰਡੀਆਮੀ ਤੇ ਮੈਨੂੰ ਫਖਰ ਹੈ ਆਪਣੀ ਫੌਜ ਤੇ ਆਪਣੇ ਸਾਰੇ ਜਵਾਨਾਂ ਤੇ ਆਫਸਰਸ ਦੇ ਜੀਸੀਓਜ਼ ਦੇ ਜਵਾਨਾਂ ਤੇ ਜਿਨ੍ਹਾਂ ਕੇ ਇਸ ਲੜਾਈ ਤੇ ਫਤਿਹ ਕੀਤਾ ਔਰ ਟਾਈਗਰ ਹਿੱਲ ਨਹੀਂ ਪੂਰਾ ਕਾਰਗਿਲ ਨੂੰ ਉਹਨਾਂ ਨੂੰ ਦੁਸ਼ਮਣ ਨੂੰ ਇਥੋਂ ਕੰਢ ਪੱਜਣਾ ਪਿਆ ਕੀ ਬਾਜਵਾ ਸਾਹਿਬ ਇਹ ਇਹ ਜਿਹੜੀ ਕਹਾਣੀ ਤੁਸੀਂ ਅੱਜ ਸਾਡੇ ਨਾਲ ਸ਼ੇਅਰ ਕੀਤੀ ਹੈ ਜੀ ਇਹਦੇ ਨਾਲ ਬਹੁਤ ਸਾਰੇ ਲੋਕਾਂ ਤੱਕ ਇਹ ਹੋ ਸਕਦਾ ਹੈ ਕਿ ਪਹਿਲੀ ਵਾਰ ਉਹਨਾਂ ਨੇ ਸੁਣੀ ਹੋਵੇ ਐਂਡ ਤੁਹਾਡੇ ਵਰਗੇ ਜਿਹੜੇ ਅਸਲੀ ਹੀਰੋ ਨੇ ਉਹਨਾਂ ਨੂੰ ਮਿਲ ਕੇ ਉਹਨਾਂ ਬਾਰੇ ਜਾਣ ਕੇ ਬਹੁਤ ਚੰਗਾ ਲੱਗਾ ਐਂਡ ਤੁਸੀਂ ਇਨੀ ਡਿਟੇਲ ਦੇ ਵਿੱਚ ਇਹ ਗੱਲ ਦੱਸੀ ਐਂਡ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਲੱਗੀ ਉਹ ਇਹ ਕਿ ਜਿਸ ਦੁਸ਼ਮਣ ਦੇ ਨਾਲ ਆਪਾਂ ਲੜ ਰਹੇ ਹਾਂ ਉਹਦੀ ਬਹਾਦਰੀ ਨੂੰ ਰੈਕਗਨਾਈਜ਼ ਕਰਨਾ ਇੱਕ ਬਹੁਤ ਵੱਡਾ ਸਟੈਪ ਸੀ ਇਹ ਤੁਹਾਡੇ ਹਿੱਸੇ ਆਇਆ ਐਂਡ ਤੁਸੀਂ ਸਾਡੇ ਨਾਲ ਪ੍ਰਾਈਮੇਰੀ ਸ਼ਾਹ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨਾਲ ਸਾਂਝਾ ਕੀਤਾ ਜੀ ਤੁਹਾਡਾ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਗੁਪਜੀ ਜੀ ਬਹੁਤ ਸ਼ੁਕਰੀਆ ਸਰ ਇਹ ਸੰਜੀ ਬਰਗੇਡੀਅਰ ਐਮ ਪੀ ਐਸ ਬਾਜਵਾ ਤੇ ਉਹਨਾਂ ਦੀ ਕਾਰਗਿਲ ਦੀ ਜੰਗ ਦੀ ਬਹਾਦਰੀ ਨਾਲ ਲੜੀ ਹੋਈ ਲੜਾਈ ਦੀ ਕਹਾਣੀ ਤੁਸੀਂ ਸੁਣ ਲਈ ਐਂਡ ਖਾਸ ਕਰਕੇ ਜਿਹੜੀ ਚੀਜ਼ ਇਹਦੇ ਵਿੱਚ ਨੋਟਿਸ ਕਰਨ ਵਾਲੀ ਸੀ ਉਹ ਇਹ ਕਿ ਜੇ ਸਾਹਮਣੇ ਵਾਲਾ ਦੁਸ਼ਮਣ ਹੈ ਚਾਹੇ ਪਰ ਫਿਰ ਵੀ ਜਿਉ ਬਹਾਦਰੀ ਨਾਲ ਲੜਿਆ ਤੇ ਉਹਦੇ ਉਹਦੀ ਬਹਾਦਰੀ ਨੂੰ ਰੈਕਗਨਾਈਜ਼ ਕਰਨਾ ਉਹਦੇ ਦੇਸ਼ ਦੀ ਸਰਕਾਰ ਨੂੰ ਕਹਿਣਾ ਕਿ ਯਾਰ ਤੁਹਾਡਾ ਉਹ ਜਿਹੜਾ ਬੰਦਾ ਸੀ ਉਹਨੂੰ ਕੋਈ ਨਾ ਕੋਈ ਅਵਾਰਡ ਜ਼ਰੂਰ ਦਿਓ ਸੋ ਇੱਕ ਬਹੁਤ ਵੱਡੀ ਮਿਸਾਲ ਹੈ ਜਿਹੜੀ ਕਿ ਕਾਇਮ ਕੀਤੀ ਗਈ ਸੀ ਬ੍ਰਿਗੇਡੀਅਰ ਸਾਹਿਬ ਵੱਲੋਂ ਅਈ ਦੇ ਇਸ ਸਪੈਸ਼ਲ ਪ੍ਰੋਗਰਾਮ ਦੇ ਵਿੱਚੋਂ ਹੋ ਸਕਦਾ ਹੈ ਕਿ ਇਸ ਕਹਾਣੀ ਨੂੰ ਸੁਣ ਦੇਖਣ ਤੋਂ ਬਾਅਦ ਤੁਹਾਡਾ ਵੀ ਇੰਟਰਸਟ ਬਣੇ ਕਿ ਸਾਰਾ ਕੁਝ ਪਰਦੇ ਤੇ ਜੋ ਦਿਖਾਇਆ ਜਾਂਦਾ ਉਹੀ ਨਹੀਂ ਹੁੰਦਾ ਜੋ ਜ਼ਮੀਨੀ ਹਕੀਕਤ ਹੈ ਉਹ ਕੁਝ ਹੋਰ ਹੁੰਦੀ ਹੈ ਫਿਰ ਹਾਲ ਦੀ ਇਜਾਜ਼ਤ ਗੁਰਪੀ ਸੰਧਾ ਵਾਲੀਆਂ ਨੂੰ ਦੇਖ ਲੈਣਾ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ